ਦਾਸ ਰਿਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਾਂ ਸੰਜੀਵ ਯਸ਼ ਖੰਨਾ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਬੜੀ ਲੰਬੀ ਫਰਿਸ਼ਟਾ ਹੈ ਅੱਜ ਦੇ ਵਿਸ਼ਿਆਂ ਦੀ ਜਿਹੜੇ ਵਿਸ਼ੇ ਵਾਪਰੇ ਨੇ ਪੰਜਾਬ ਵਿੱਚ ਤੇ ਬਾਹਰੀ ਦੇਸ਼ਾਂ ਵਿੱਚ ਤੇ ਖੰਨਾ ਜੀ ਦੱਸੋ ਪਲਾ ਸਾਡੇ ਦਰਸ਼ਕਾਂ ਨੂੰ ਕਿਹੜੇ ਕਿਹੜੇ ਵਿਸ਼ੇ ਨੇ ਜਿਹੜੇ ਸੀ ਇਸ ਪ੍ਰੋਗਰਾਮ ਵਿੱਚ ਸਾਂਝੇ ਕਰਦੇ ਜੀ ਅੱਜ ਸਾਂਝੇ ਕਰਨ ਜਾ ਰਹੇ ਹਾਂ ਇੱਕ ਤਾਂ ਅਮਰੀਕਾ ਦੀ ਗੱਲ ਕਰਾਂਗੇ ਕਿ ਤਲਾਕ ਤੋਂ ਬਾਅਦ ਔਰਤਾਂ ਨੂੰ ਸਿੰਗਲ ਮਦਰ ਬੱਚੋਂ ਅਪਡੌਨ ਲਈ ਜੋ ਸਰਕਾਰ ਤੇ ਖੁਦ ਮੁਖਤਾਰ ਏਜੰਸੀਆਂ ਨੇ ਉਹ ਅੱਗੇ ਆਈਆਂ ਨੇ ਕਿ ਉਹਨਾਂ ਨੂੰ ਤਲਾਕ ਤੋਂ ਬਾਅਦ ਸਿੰਗਲ ਮਦਰ ਬੱਚੋਂ ਅਪਣਾਇਆ ਜਾਵੇ। ਬਾਕੀ ਆ ਹੁਣ ਭਾਰਤ ਦੀ ਗੱਲ ਹੈ। ਭਾਰਤ ਦੇ ਵਿੱਚ ਕੀ ਹੋਇਆ ਕਿ ਕਰਨਾਟਕ ਵਿੱਚ ਕਾਂਗਰਸ ਜਿੱਤਣ ਮਗਰੋਂ ਉੱਥੇ ਮੁੱਖ ਮੰਤਰੀ ਕੌਣ ਬਣੇਗਾ ਕਰਨਾਟਕ ਦੇ ਵਿੱਚ ਉਹ ਖੜਕੇ ਸਭ ਦੇਖਣਗੇ ਜਿਹੜੇ ਚੀਫ ਨੇ ਕਾਂਗਰਸ ਆਈ ਦੇ ਨੈਸ਼ਨਲ ਪੱਧਰ ਦੇ ਉਸ ਤੋਂ ਬਾਅਦ ਅਗਲੀ ਗੱਲ ਇਹ ਰਹੇਗੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਟਵਾਰੀਆਂ ਦੀ ਭਰਤੀ ਹੋਣ ਜਾ ਰਹੀ ਹੈ ਉਹਦੇ ਵਿੱਚ 30% ਉਮੀਦਵਾਰ ਗੈਰ ਹਾਜ਼ਰ ਹੋਏ ਨੇ ਹੂੰ ਔਰ ਪੜਤੀ ਤੇ ਆਈ ਨਹੀਂ ਹੈਗੇ ਹਾਂ ਅਗਲੀ ਗੱਲ ਹੈ ਕਿ ਆਪ ਸਰਕਾਰ ਨੇ ਹੁਣ ਜਲੰਧਰ ਜ਼ਿਲ੍ਹੇ ਚੋਣ ਜਿੱਤ ਲਈ ਹੈ ਉਸ ਤੋਂ ਬਾਅਦ ਹੁਣ ਇੱਥੇ ਜਿਹੜੀਆਂ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਹੂੰ ਉਹਦੇ ਵਾਸਤੇ ਤਿਆਰੀ ਚੱਲ ਰਹੀ ਹੈ ਸਟ੍ਰੈਟੇਜੀ ਬਣਦੀ ਪਈ ਹੈ ਨਵੇਂ ਚੁਣੇ ਸੰਸਦ ਜਿਹੜੇ ਇੱਥੋਂ ਚੁਣੇ ਗਏ ਨੇ ਐਮਪੀ ਚੌਧਰੀ ਸੰਤੋਖ ਸਿੰਘ ਜੀ ਦੀ ਥਾਂ ਤੇ ਸੁਸ਼ੀਲ ਰਿੰਕੂ ਜੀ ਹਾਂ ਉਹ ਹੁਣ ਮੁਲਾਕਾਤ ਕਰ ਰਹੇ ਨੇ ਕੇਜਰੀਵਾਲ ਜੀ ਨਾਲ ਹਮ ਅਕਾਲੀ ਦਲ ਨੂੰ ਵਾਰ-ਵਾਰ ਹਾਰਨ ਕਰਕੇ ਮੁੜ ਮੰਥਨ ਦੀ ਲੋੜ ਹੈ ਇਹ ਗੁਰਪਤਾ ਗੁਰਪ੍ਰਤਾਪ ਵਟਾਲਾ ਕਹਿ ਰਹੇ ਨੇ ਹਾਂ ਤੇ ਜਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇ ਕਿ ਕਾਂਗਰਸ ਇਹ ਕਰਮਜੀਤ ਚੌਧਰੀ ਜੀ ਨੇ ਕਿਹਾ ਹਮ ਉਹਨਾਂ ਇੱਥੇ ਆਪਾਂ ਜ਼ਰਾ ਗੱਲ ਕਰਾਂਗੇ ਜਦੋਂ ਡਿਟੇਲ ਚਾਵਾਂਗੇ ਆਪਾਂ ਇਕੱਠੀਆਂ ਗੱਲਾਂ ਕਰਾਂਗੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪ ਦਾ ਵਿਰੋਧ ਕਰਾਂਗੇ ਬਲਕੌਰ ਸਿੰਘ ਜੀ ਜੋ ਸਿੱਧੂ ਮੂਸੇਵਾਲਾ ਦੇ ਪੱਖੋਂ ਉਹ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਉਹ ਗੱਲ ਹੈ ਕਿ ਇਮਰਾਨ ਖਾਨ ਸਾਹਿਬ ਔਰ ਉੱਥੋਂ ਦੀ ਜਿਹੜੀ ਫੌਜ ਹੈ ਦੂਰੀ ਵਧਈ ਹੈ ਉਹਨਾਂ ਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਫੌਜ ਦੇ ਇਸ਼ਾਰੇ ਤੇ ਪੀਐਮ ਬਣਦੇ ਨੇ ਉੱਥੇ ਹੁਣ ਉਹ ਜਿਹੜਾ ਸਾਬਕਾ ਪੀਐਮ ਕਿਉਂਕਿ ਇਸ ਵਕਤ ਅੰਡਰ ਅਰੈਸਟ ਨੇ ਤਾਂ ਇਸ ਕਰਕੇ ਉਹ ਦੂਰੀਆਂ ਵਧ ਗਈਆਂ ਨੇ ਤੇ ਹੁਣ ਕਿਹੜਾ ਪਹਿਲਾਂ ਪਹਿਲਾ ਵਿਸ਼ਾ ਜੀ ਪਹਿਲੇ ਵਿਸ਼ੇ ਤੇ ਆਉਂਦੇ ਅਮਰੀਕਾ ਹੀ ਚੱਲਦੇ ਆ ਡਾਰੀ ਮਾਰੋ ਡਾਰੀ ਮਾਰੋ ਡਾਰੀ ਮਾਰ ਕੇ ਹੂੰ ਤਲਾਕ ਤੋਂ ਬਾਅਦ ਜੀ ਜੋ ਮਦਰ ਹੋਏਗੀ ਜੋ ਔਰਤ ਹੋਏਗੀ ਉਹਨੂੰ ਸਿੰਗਲ ਮਦਰ ਦਾ ਅ ਮਤਲਬ ਉਸ ਤਰ੍ਹਾਂ ਜੋ ਅਪਣਾਉਣ ਲਈ ਸਰਕਾਰਾਂ ਵੀ ਅੱਗੇ ਆਈਆਂ ਨੇ ਤੇ ਜੋ ਐਨ ਜੀਓਜ਼ ਨੇ ਹੋਰ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਨੇ ਵੀ ਹਾਮੀ ਭਰੀ ਹੈ ਉਹਨਾਂ ਦੇ ਨਾਲ ਆ ਇਹ ਮਸਲਾ ਬੜਾ ਲਟਕਿਆ ਤੇ ਬੜਾ ਪੁਰਾਣਾ ਮਸਲਾ ਔਰ ਇਹ ਜਿਹੜੇ ਪੱਛਮੀ ਦੇਸ਼ ਤੇ ਜਿਹੜੇ ਡਿਵੈਲਪਡ ਕੰਟਰੀ ਨੇ ਖਾਸ ਤੌਰ ਤੇ ਜਿਹੜੇ ਉੱਥੇ ਇਹ ਹੋਰ ਏ ਤਲਾਕ ਡਾਈਵੋਰਸ ਜਿਆਦਾ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਕਿ ਬਹੁਤੀਆਂ ਲਵ ਮੈਰिजਸ ਵੀ ਹੈਗੀਆਂ ਇਹ ਜੜੀਆਂ ਹੈਗੀਆਂ ਬਹੁਤੀਆਂ ਨੇ ਪਰ ਇਹ ਨਹੀਂ ਚੜਦੀਆਂ ਇੱਕ ਐਡਵਾਂਸ ਕੰਟਰੀ ਆ ਲੋਕ ਲੋਕ ਜਿਹੜੇ ਹੈਗੇ ਆ ਸੰਯੁਕਤ ਫੈਮਿਲੀ ਨਹੀਂ ਜਿਹੜੇ ਜੁਆਇੰਟ ਫੈਮਿਲੀਆ ਕੱਟ ਗਈਆਂ ਔਰ ਕਿਸੇ ਦੇ ਦੋ ਬੱਚੇ ਕਿਸੇ ਦਾ ਇੱਕ ਬੱਚਾ ਦੋਨੇ ਦੋਨੇ ਵਰਕਿੰਗ ਆ ਕੰਮ ਕਰ ਰਿਹਾ ਕੋਈ ਕੋਈ ਕੰਪਨੀ ਚ ਕੋਈ ਕਿਸੇ ਕੰਪਨੀ ਚ ਸਾਡੇ ਲੋਕ ਵੀ ਜਿੰਨੂੰ ਜਾਣਦੇ ਨੇ ਉੱਥੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇੰਨਾ ਕੰਮ ਹੈਗਾ ਉੱਥੇ ਵਰਕ ਕਲਚਰ ਹੋਰ ਹੈ ਔਰ ਕੰਮ ਤੋਂ ਬਗੈਰ ਉੱਥੇ ਕੋਈ ਨੋਟਾਰੀ ਨਹੀਂ ਹੁੰਦਾ ਔਰ ਉੱਥੇ ਪਤਾ ਨਹੀਂ ਲੱਗਦਾ ਸਾਡੇ ਜਿਹੜੇ ਕੈਨੇਡਾ ਜਾਂ ਅਮਰੀਕਾ ਚ ਬੈਠੇ ਨੇ ਉਹਨਾਂ ਨੂੰ ਬੱਚਿਆਂ ਦਾ ਨਹੀਂ ਪਤਾ ਕਿ ਬੱਚੇ ਕਿੱਥੇ ਪੜ ਰਹੇ ਆ ਤੇ ਔਰਤ ਨੂੰ ਪਤਾ ਨਹੀਂ ਬੰਦਾ ਕਦੋਂ ਆਉਂਦਾ ਤੇ ਬੰਦੇ ਨੂੰ ਪਤਾ ਨਹੀਂ ਔਰਤ ਕਦੋਂ ਕੰਮ ਕਰਕੇ ਆਉਂਦੀ ਆ 16 16 ਘੰਟੇ 18 18 ਘੰਟੇ ਕੰਮ ਕਰਦੇ ਆ ਔਰ ਕੰਮ ਤੋਂ ਬਿਨਾਂ ਨਹੀਂ ਉੱਥੇ ਨਿਪਰੇ ਚੜ੍ਹਦੀ ਗੱਲ ਔਰ ਇਹ ਇਥੋਂ بڑا ਕਰਜ਼ਾ ਲੈ ਕੇ ਗਏ ਹੁੰਦੇ ਆ ਅਸੀਂ ਪਹਿਲ ਨੂੰ ਤਾਂ ਆਪਣੇ ਆਪਣੇ ਲੋਕਾਂ ਦੀ ਗੱਲ ਕਰਦੇ ਆ ਤੇ ਆਪਣੇ ਲੋਕ ਜਿਹੜੇ ਆ ਉਹ ਉੱਥੇ ਜਾ ਕੇ ਕੰਮ ਕਰਦੇ ਪਰ ਉਹ ਉੱਥੇ ਉਹ ਰਹਿੰਦੇ ਘਰ ਆ ਆਪਣੇ ਨੂੰ ਸਜਾ ਕੇ ਤੇ ਵਧੀਆ ਤਰੀਕੇ ਨਾਲ ਪਿਆਰ ਤੇ ਮੁਹੱਬਤ ਨਾਲ ਰੈਂਦੇ ਆ ਜ਼ਿਆਦਾਤਰ ਜਿਹੜਾ ਘਰ ਟੁੱਟਦੇ ਆ ਉਹ ਅਮਰੀਕਨ ਫੈਮਿਲੀ ਆ ਗਏ ਇਹ ਜਿਹੜਾ ਤੁਸੀਂ ਉਹਨੇ ਗੱਲ ਕੀਤੀ ਹੈ ਅਮਰੀਕਨ ਫੈਮਲੀਆ ਦੇ ਵਿੱਚ ਜਿਹੜੀਆਂ ਕੁੜੀਆਂ ਨਵੇਂ-ਨਵੇਂ ਵਿਆਹ ਕਰਦੇ ਉਹ ਜਦੋਂ ਆਪਣੇ ਬੰਦਿਆਂ ਨਾਲ ਰਹਿੰਦੀਆਂ ਆਪਣੇ ਹਸਬੰਦ ਨਾਲ ਰਹਿੰਦੀਆਂ ਉਹਦੇ ਵਿੱਚ ਉਹਨਾਂ ਦੇ ਇੱਕ ਤਲਾਕ ਆ ਜਾਂਦੇ ਆ ਅੰਤਰਾ ਆ ਜਾਂਦਾ ਵੈਰ ਵਿਰੋਧ ਆ ਜਾਂਦਾ ਫਿਰ ਉਹ ਤਲਾਕ ਹੋ ਜਾਂਦਾ ਔਰ ਤਲਾਕ ਉੱਥੇ ਬਹੁਤ ਹੁੰਦੇ ਆ ਜਿਸ ਤਰ੍ਹਾਂ ਮੁਸਲਮ ਕੰਟਰੀ ਜਿਹੜੇ ਹੁੰਦੇ ਨੇ ਉੱਥੇ ਤਲਾਕ ਤਿੰਨ ਵਾਰੀ ਕਹਦੇ ਤਾਂ ਤਲਾਕ 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 ਹੋ ਗਿਆ ਔਰ ਉਹ ਅੱਜ ਕੱਲ ਉਹਦਾ ਕੋਰਟ 'ਚ ਵੀ ਚੱਲ ਰਿਹਾ ਸੀਗਾ ਔਰ ਇਹ ਫੈਸਲੇ ਕਰਨੇ ਹੁਣ ਜਿਉਂ-ਜਿਉਂ ਐਡਵਾਂਸਡ ਦੁਨੀਆ ਜਾ ਰਹੀ ਹੈ ਤਿਉਂ ਤੋਂ ਤਲਾਕ ਤੇ ਡਿਵੋਰਸ ਬਹੁਤ ਹੋ ਰ ਪੁਰਾਣੇ ਜ਼ਮਾਨੇ ਚ ਜਿਹੜੇ ਜੁਆਇੰਟ ਫੈਮਿਲੀ ਸੀ ਸੰਯੁਕਤ ਪਰਿਵਾਰ ਸੀ ਕਿ ਨਹੀਂ ਸੀ ਦੰਦਾ ਔਰ ਇੱਕ ਦੂਜੇ ਦੇ ਰਿਸਪੈਕਟ ਕਰਦੇ ਸੀ ਪਿਆਰ ਕਰਦੇ ਸੀ ਮੁਹੱਬਤ ਕਰਦੇ ਸੀਗੇ ਔਰ ਇੱਕ ਦੂਜੇ ਦੇ ਲੋਡ ਚ ਕੰਮ ਆਉਂਦੇ ਸੀਗੇ ਪਰ ਉੱਥੇ ਹੁਣ ਅੱਜ ਕੱਲ ਪਤਾ ਕਿ ਆ ਵਿਅਕਤੀਗਤ ਐਡਵੈਂਚਰ ਐਡਵੈਂਚਰ ਸੋਚ ਆ ਗਈ ਇਸ ਕਰਕੇ ਕਨਸੈਪਟ ਨਵੇਂ ਬਣ ਗਏ ਟ੍ਰੈਂਡ ਨਵੇਂ ਬਣ ਗਏ ਰੁਝਾਨ ਨਵੇਂ ਬਣ ਗਏ ਇਹ ਜਿਹੜੀ ਹੁਣ ਆ ਗੱਲ ਹੈਗੀ ਹੈ ਫਰਾਂਸ ਤੱਕ ਤੇ ਜਿਹੜੀ ਹੈਗਾ ਬਾਕੀ ਫਰਾਂਸ ਤੋਂ ਨਾਲ ਲੱਗਦੀਆਂ ਕੰਟਰੀਆਂ ਉਹਨਾਂ ਵਿੱਚ ਵੀ ਗੱਲ ਫੈਲ ਗਈ ਹੈ ਔਰ ਉਹਦੇ ਵਿੱਚ ਇੱਕ ਜਥੇਬੰਦੀਆਂ ਆ ਗਈਆਂ ਜਿਸ ਦਾ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਇਹਦੇ ਵਿੱਚ ਉਹਦੇ ਵਿੱਚ ਖੰਨਾ ਜੀ ਜਿਹੜੀਆਂ ਹਨ ਖੁਦਮੁਖਤਿਆਰ ਏਜੰਸੀਜ਼ ਜਿਹੜਾ ਐਨਜੀਓਜ਼ ਹਨ ਉਹ ਆਗੇ ਕੋਈ ਸਰਕਾਰ ਵੱਲੋਂ ਵੀ ਇਹਨਾਂ ਦੀ ਹਮਾਇਤ ਹੋ ਗਈ ਆ ਔਰ ਇਹਦੇ ਵਿੱਚ ਕ੍ਰਿਸਟਨ ਇੱਕ ਕੁੜੀ ਸੀਗੀ ਉਹ ਤੋਂ ਗੱਲ ਚੱਲੀ ਜਦੋਂ ਉਹਦਾ ਹਸਬੰਦ ਨੇ ਉਹਨੂੰ ਤਲਾਕ ਦਿੱਤਾ ਵਿਚਾਰੀ ਉਹਨੇ ਆਪਣਾ ਘਰ ਬਸਾਉਣਾ ਸ਼ੁਰੂ ਕੀਤਾ ਪਰ ਉਹਦੇ ਕੋਲ ਵਿਚਾਰੀ ਨੌਕਰੀ ਵੀ ਛੁੱਟ ਗਈ ਨੌਕਰੀ ਵੀ ਨਹੀਂ ਫਿਰ ਵਿਚਾਰੀ ਕਿੱਥੇ ਜਾਵੇ ਤੇ ਕੀ ਖਾਵੇ ਤੇ ਕੀ ਪੀਵੇ ਤੇ ਕਿੱਥੋਂ ਬਿੱਲ ਦੇਵੇ ਉਹਨੂੰ ਫਿਰ ਇੱਕ ਹੋਰ ਦੀ ਕੋਈ ਸਹੇਲੀ ਸੀ ਉਹਨਾਂ ਨੂੰ ਨਾਲ ਆਪਣੇ ਜੋੜ ਲਿਆ ਉਹਦੇ ਨਾਲ ਇੱਕ ਹੋਰ ਉਹਦੀ ਸਹੇਲੀ ਸੀ ਉਹਦਾ ਵੀ ਤਲਾਕ ਹੋ ਗਿਆ ਫਿਰ ਉਹਨਾਂ ਨੂੰ ਦੋਹਾਂ ਨੂੰ ਇਕੱਠਿਆਂ ਰੱਖਿਆ ਇਕੱਠਿਆਂ ਰੱਖ ਕੇ ਉਹਨਾਂ ਨੂੰ ਘਰ ਬਣਾ ਕੇ ਦਿੱਤਾ ਛੱਤ ਛੱਲੇ ਰੱਖ ਕੇ ਉਹਨਾਂ ਨੂੰ ਹਮਾਇਤ ਕੀਤੀ ਉਹਨਾਂ ਦੀ ਪੈਸਾ ਦਿੱਤਾ ਬਿੱਲਾਂ ਦਾ ਪੈਸਾ ਉਹਦੇ ਦੋ ਬੱਚੇ ਜਿਹੜੀ ਦੂਜੀ ਕੁੜੀ ਆਈ ਪਰ ਉਹ ਕਵੇ ਮੈਂ ਇਹਨਾਂ ਨੂੰ ਪੜਾਵਾ ਕਿੱਦਾਂ ਕਿੱਥੇ ਰੱਖਾਂ ਹਾਲਾਂਕਿ ਸੁਪਰ ਕੰਟਰੀ ਆ ਸਾਰਾ ਕੁਝ ਗਵਰਨਮੈਂਟ ਦਿੰਦੀ ਵੀ ਆ ਪਰ ਫਿਰ ਵੀ ਇਹੋ ਜੀਆਂ ਜੜੀਆਂ ਤਕਲੀਫਾਂ ਲੋਕ ਫੇਸ ਕਰ ਰਹੇ ਆ ਔਰ ਤੁਸੀਂ ਕੇਵਰੀ ਵੇਖੋਗੇ ਉੱਥੇ ਜਿਹੜੇ ਪੁਲਾ ਬ੍ਰਿਜਾ ਉੱਥੇ ਤੁਸੀਂ ਵੇਖੋਗੇ ਉੱਥੇ ਬੜੇ ਬੈਗਰ ਬੈਠੇ ਆ ਉਹਨਾਂ ਨੂੰ ਕੰਮਲ ਵੰਡੇ ਜਾ ਰਹੇ ਉਹਨਾਂ ਨੂੰ ਪੈਸਾ ਵੰਡਿਆ ਜਾਂਦਾ ਬੜਾ ਕੁਛ ਹੈ ਕੈਨ ਨੂੰ ਸੁਪਰ ਹੁੰਦਾ ਪਰ ਉਹਦੇ ਵਿੱਚ ਜਿਹੜੀਆਂ ਹੋਰ ਊਣਤਾਈਆਂ ਉਹ ਵੀ ਬੜੀਆਂ ਹੈਗੀਆਂ ਕਿਉਂਕਿ ਜਦੋਂ ਕਿਉਂਕਿ ਉਹਨਾਂ ਦੀ ਸੁਸਾਇਟੀ ਜਿਹੜੀ ਹੈਗੀ ਸੁਸਾਇਟੀ ਦੇ ਵਿੱਚ ਇੱਕੋ ਤਰ੍ਹਾਂ ਦੇ ਲੋਕ ਨਹੀਂ ਹੈਗੇ ਅਸੀਂ ਤੇ ਇੰਡੀਅਨ ਸਾਰੇ ਤਰ੍ਹਾਂ ਦੇ ਇੱਕੋ ਇੰਡੀਅਨ ਆ ਭਾਰਤੀ ਆ ਸਾਰੇ ਤਰ੍ਹਾਂ ਦੇ ਸੋਚ ਆ ਅਸੀਂ ਇੱਕ ਦੂਜੇ ਦਾ ਬੁਰਾ ਨਹੀਂ ਚਾਹੁੰਦੇ ਪਰ ਉੱਥੇ ਅਫਰੀਕਨ ਵੀ ਹੈਗੇ ਆ ਕਾਲੇ ਗੋਰੇ ਕਈ ਤਰ੍ਹਾਂ ਦੇ ਲੋਕ ਹੈਗੇ ਉਹਨਾਂ ਦੇ ਆਪੋ ਵਿੱਚ ਸਾਰਾ ਕੁਝ ਗਿਆ ਬੱਚੇ ਕਿਹੇ ਪਾਸੇ ਚਲੇ ਜਾਂਦੇ ਆ ਕਹਿਣ ਨੂੰ ਸੁਪਰ ਕੰਟਰੀ ਆ ਉਹਨਾਂ ਨੂੰ ਸਾਰਾ ਕੁਝ ਮਿਲਦਾ ਵਾ ਖਾਣ ਪੀਣ ਵੀ ਮਿਲਦਾ ਬੇਸਿਕਲੀ ਜਿਹੜਾ ਉਹਨਾਂ ਦੀ ਸੋਚ ਆ ਉਹ ਬੜੀ ਅੰਤਰੀ ਤੇ ਜਿਹੜੀ ਬੜੀ ਨੈਰੋ ਸੋਚ ਨਾਲ ਆ ਜਾਂਦੇ ਆ ਹੁਣ ਆ ਜਿਹੜਾ ਏਜੰਸੀਆਂ ਬਣੀਆਂ ਇਹਦਾ ਚਰਚਾ ਸਾਰੀਆਂ ਦੇਸ਼ਾਂ ਵਿੱਚ ਫੈਲ ਗਿਆ ਇਹਦੇ ਵਿੱਚ ਨਾ ਬਲਕਾਰ ਜੀ ਇੱਕ ਚੀਜ਼ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਆ ਕਿ ਅਮਰੀਕਾ ਦੇ ਵਿੱਚ ਡਿਫਰੈਂਟ ਕਲਚਰ ਦੇਖਣ ਨੂੰ ਮਿਲਣਗੇ ਬਿਲਕੁਲ ਕਿਉਂਕਿ ਲਾਦਾਤਰ ਲੋਕ ਜਿਹੜੇ ਨੇ ਮਾਈਗ੍ਰੇਟ ਕਰਕੇ ਆ ਰਹੇ ਨੇ ਅਮਰੀਕਾ ਵਸੇ ਏ ਇੱਥੇ ਹਾਂ ਯੂਨਾਈਟਿਡ ਸਟੇਟ ਆ ਨਾ ਕਈ ਸਟੇਟ ਇਕੱਠੇ ਹੋਏ ਹਾਂ ਮਾਈਗ੍ਰੇਟ ਕਰਕੇ ਲੋਕ ਆਏ ਨੇ ਉੱਥੇ ਔਰ ਹਰ ਤਰ੍ਹਾਂ ਦਾ ਕਲਚਰ ਉੱਥੇ ਮਿਲੇਗਾ ਦੂਜਾ ਉਹ ਇੱਕ ਡ੍ਰੀਮ ਲੈਂਡ ਹੈ ਉੱਥੇ ਅਸੀਂ ਆਪਣੇ ਸੁਪਨੇ ਸਾਕਾਰ ਕਰਨ ਜਾਂਦੇ ਹਾਂ ਸਹੀ ਗਾ ਤੇ ਜੇ ਉੱਥੇ ਜਾ ਕੇ ਕਿਸੇ ਨੂੰ ਵੀ ਆਪਣੇ ਜੀਵਨ ਨੂੰ ਬਣਾਉਣ ਦਾ ਫਿਊਚਰ ਨੂੰ ਬਣਾਉਣ ਦਾ ਮੌਕਾ ਮਿਲਦਾ ਤਾਂ ਬਹੁਤ ਵਧੀਆ ਗੱਲ ਹੈ ਔਰ ਉੱਥੇ ਹਰ ਕੰਟਰੀ ਤੋਂ ਬੰਦਾ ਜਾ ਕੇ ਵਸਣਾ ਚਾਹੁੰਦਾ ਆਪਣੀ ਫੈਮਿਲੀ ਬਣਾਉਣਾ ਚਾਹੁੰਦਾ ਔਰ ਬਾਕੀ ਰਿਹਾ ਇਹ ਚੀਜ਼ ਕਿਉਂਕਿ ਅੱਜ ਕੱਲ ਦਾ ਦੌਰ ਹੈ ਫਾਸਟ ਹੈ ਵਰਕਿੰਗ ਨੇ ਸਾਰੇ ਕੰਮ ਕਰਦੇ ਨੇ ਪਿਆਰ ਮੁਹੱਬਤ ਅਫੇਅਰਸ ਹੋ ਜਾਂਦੇ ਨੇ ਅਟਰੈਕਸ਼ਨਸ ਹੋ ਜਾਂਦੀਆਂ ਨੇ ਇਹ ਬੇਸਿਕਲੀ ਸਾਈਕੋਲੋਜੀਕਲ ਪ੍ਰੋਬਲਮ ਹੈ ਕਈ ਵਾਰ ਸਾਨੂੰ ਲੱਗਦਾ ਕਿ ਸਾਨੂੰ ਪਿਆਰ ਹੋ ਗਿਆ ਉਹ ਇਨਫੈਚੂਏਸ਼ਨ ਹੁੰਦੀ ਹੈ ਆਕਰਸ਼ਨ ਹੁੰਦਾ ਜੋ ਕੁਝ ਦਿਨ ਨਾਲ ਰਹਿਣ ਤੋਂ ਬਾਅਦ ਖਤਮ ਹੋ ਜਾਂਦਾ ਹੈ ਔਰ ਲਿਵ ਇਨ ਰਿਲੇਸ਼ਨਸ਼ਿਪਸ ਵੀ ਚਲਦੀਆਂ ਨੇ ਬਹੁਤ ਕੁਝ ਹੈ ਔਰ ਬੜੇ ਐਡਵਾਂਸ ਮੁਲਕ ਹੈ ਐਡਵਾਂਸ ਸੋਚ ਹੈ ਔਰ ਖੁੱਲੀ ਸੋਚ ਹੈ ਇਸ ਕਰਕੇ ਡਿਫਰੈਂਟ ਕਲਚਰ ਹੋਣ ਦੀ ਬਜਾਏ ਔਰ ਇਹ ਸਾਰੇ ਕਿਉਂਕਿ ਇਹ ਸਾਰੇ ਇੱਥੇ ਆ ਕੇ ਠੁੱਕਦੇ ਨੇ ਕਿ ਇੱਕ ਕਲਚਰ ਦੇ ਵਿੱਚ ਇੱਕ ਗੱਲ ਸਹੀ ਹੈ ਔਰ ਸੇਮ ਗੱਲ ਦੂਸਰੇ ਕਲਚਰ ਚ ਗਲਤ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੀ ਸੋਚ ਉਹਨਾਂ ਦੀ ਬੈਕਗ੍ਰਾਉਂਡ ਕੁਝ ਹੋਰ ਹੈ ਇਹ ਥੋੜੇ ਉੱਥੇ ਮਿਸ ਅੰਡਰਸਟੈਂਡਿੰਗਸ ਜਾਂ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਔਰ ਇਸ ਸਥਿਤੀ ਦੇ ਵਿੱਚ ਬੱਚੇ ਵੀ ਹੋ ਗਏ ਫੈਮਿਲੀਆਂ ਵੀ ਹੋ ਗਏ ਯੂਨਿਟ ਵੀ ਹੋ ਗਏ ਤੇ ਉਹਨਾਂ ਦੀ ਰਿਸਪਾਂਸਿਬਿਲਟੀ ਕੌਣ ਲਵੇ ਜਦੋਂ ਬ੍ਰੇਕਅਪਸ ਹੁੰਦੇ ਨੇ ਰਿਸਪਾਂਸਿਬਿਲਟੀ ਕਿਉਂਕਿ ਇੱਕ ਸੁਪਰ ਕੰਟਰੀ ਹੈ ਅਮਰੀਕਾ ਉਹ ਆਪਣੀ ਰਿਸਪਾਂਸਿਬਿਲਟੀ ਲੈਂਦਾ ਆਪਣੇ ਸਿਟੀਜ਼ਨਸ ਦੀ ਰਿਸਪਾਂਸਿਬਿਲਟੀ ਲੈਂਦਾ ਇਸ ਕਰਕੇ ਨਾਲ ਫਿਰ ਦੂਸੀਆਂ ਏਜੰਸੀਜ਼ ਵੀ ਹੈਲਪ ਵਾਸਤੇ ਆਂਦੀਆਂ ਨੇ ਸਰਕਾਰ ਦੀ ਹੈਲਪ ਵਾਸਤੇ ਕਿਉਂਕਿ ਇੱਕ ਸੋਸ਼ਲ ਕੌਜ਼ ਹੋ ਜਾਂਦਾ ਸਿੱਕ ਇੱਕ ਸਮਾਜਿਕ ਵਿਸ਼ਾ ਹੋ ਜਾਂਦਾ ਹੈ ਇਸ ਕਰਕੇ ਸਭ ਇਕੱਠੇ ਹੁੰਦੇ ਨੇ ਬਟ ਬੇਸਿਕਲੀ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਇੱਕ ਹੋਰ ਚੀਜ਼ ਬੜੀ ਪਪੂਲਰ ਹੋ ਰਹੀ ਹੈ ਜਿਹੜੀ ਕਾਉਂਸਲਿੰਗ ਹੈ ਲੋਕ ਜਿਹੜੇ ਉੱਥੇ ਕਾਉਂਸਲਰਸ ਨੇ ਸਾਈਕੋਲੋਜੀਕਲ ਟ੍ਰੀਟਮੈਂਟ ਦਿੰਦੇ ਨੇ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਹੋ ਰਹੀਆਂ ਨੇ ਇਹ ਨਾ ਹੋਣ ਔਰ ਦੂਸਰਾ ਅਸੀਂ ਜਦੋਂ ਦੇਖਦੇ ਆ ਕਿ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਬਣਾਉਣਾ ਚਾਹੁੰਦੇ ਆ ਅਸੀਂ ਸਭ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿੰਨੇ ਕਲਚਰ ਨੇ ਪੂਰੀ ਦੁਨੀਆ ਦੇ ਵਿੱਚ ਉਹ ਸਭ ਦੇ ਵਿੱਚ ਕੋਈ ਕਾਮਨ ਚੀਜ਼ ਤੇ ਲੱਭਣੀ ਪਏਗੀ ਨਾ ਉਹ ਲੱਭੇ ਹੀ ਹੈ ਉਹ ਹੈ ਇਨਸਾਨੀਅਤ ਮਾਨਵਤਾ ਕਿ ਜਿਵੇਂ ਸਾਡਾ ਕਲਚਰ ਹੈ ਉਹ ਸਾਹਮਣੇ ਵਾਲੇ ਦਾ ਵੀ ਹੈ ਉਹਨੂੰ ਵੀ ਸਵੀਕਾਰ ਕਰੀਏ ਅਸੀਂ ਆਪਣੇ ਆ ਵੀ ਉਹਦੇ ਸਾਹਮਣੇ ਰੱਖੀ ਉਹ ਸਾਨੂੰ ਵੀ ਸਵੀਕਾਰ ਕਰੇ ਔਰ ਇਹ ਗੱਲ ਨਾ ਬਹੁਤ ਪਹਿਲਾਂ ਗੁਰੂ ਨਾਨਕ ਭਾਸ਼ਾ ਨੇ ਕਹੀ ਹੈ ਜਿਹਨੂੰ ਅਸੀਂ ਕਹਿੰਦੇ ਆ ਦੂਸਰੇ ਦੀ ਹੋਂਦ ਨੂੰ ਸਵੀਕਾਰ ਕਰਨਾ ਟੋਲਰੈਂਸ ਔਰ ਜਦੋਂ ਟੋਲਰੈਂਸ ਦੀ ਕਮੀ ਹੈ ਨਾ ਸਾਡੇ ਅੰ ਉਦੋਂ ਇਹ ਸਮੱਸਿਆ ਆ ਮੈਦਾ ਹੋਣ ਲੱਗੀ ਬਸ ਸਾਰੀ ਗੱਲਾਂ ਦਾ ਹੈਗਾ ਨਾ ਜਦੋਂ ਤੁਸੀਂ ਗੱਲ ਕੀਤੀ ਹੈ ਕੰਸਲਟੇਸ਼ਨ ਦੀ ਜਾਨ ਜਿਹਦੇ ਵਿੱਚ ਸਾਈਕੋਲੋਜਿਸਟ ਆਉਂਦੇ ਆ ਅਸਲ ਚ ਪੇਸ਼ੈਂਟਸ ਜਿਹੜੀ ਹੈਗੀ ਆ ਆਫ ਮਾਈਂਡ ਐਗਜੈਕਟਲੀ ਪੇਸ਼ੈਂਟਸ ਟੇਬਿਲਟੀ ਆਫ ਮਾਈਂਡ ਇਹ ਕਿ ਹੈ ਨਹੀਂ ਇਹ ਨਹੀਂ ਦੂਜੀ ਹੈਗੀ ਆ ਦੂਜੀ ਹੈਗੀ ਆ ਲਾਲਚ ਵਾਲੇ ਪਾਸੇ ਵੀ ਦੁਨੀਆ ਆ ਗਿਆ ਕਾਲੇ ਪਏ ਹੋਏ ਨੇ ਗ੍ਰੀਡਨੈਸ ਇਸ ਕਰਕੇ ਆ ਗਿਆ ਕਿ ਉਥੋਂ ਦਾ ਡਾਲਰ ਮਹਿੰਗਾ ਦੂਜਾ ਹੈਗਾ ਹਰ ਜਗ੍ਹਾ ਚੱਲਦਾ ਤੇ ਜੀ ਗੱਲ ਹੈਗੀ ਆ ਉੱਥੇ ਜਿਹੜੇ ਬੱਚਿਆਂ ਨੂੰ ਪੜ੍ਹਾਈ ਲਈ ਕਰਨਾ ਪੈਸਾ ਉਹ ਗਵਰਨਮੈਂਟ ਤੇ ਦੇ ਰਹੀ ਆ ਪਰ ਉਹਦੇ ਵਿੱਚ ਮਾਂ ਨੇ ਪਰਵਿਸ਼ ਕਰਨੀ ਉਹਦੀ ਪਿਓ ਨੇ ਕਰਨੀ ਹੈ ਨਾ ਜਿਹੜਾ ਪਿਆਰ ਮੁਹੱਬਤ ਆ ਉਹ ਜਾਂ ਗੋਦੀ ਲੈ ਕੇ ਬਿਠਾਉਣਾ ਉਹ ਘੱਟ ਮਿਲ ਰਿਹਾ ਜਦੋਂ ਉਹ ਡਿਵੋਰਸ ਹੋ ਗਿਆ ਪਿਓ ਤਾਂ ਇੱਕ ਪਾਸੇ ਦੂਜੇ ਕੁਟੀਆਂ ਚ ਲਿਗਾ ਦੂਜੀ ਜਗ੍ਹਾ ਚਰ ਗਿਆ ਮਾਂ ਦੂਜੇ ਪਾਸੇ ਚਰ ਗਈ ਬੱਚਾ ਕੀ ਹੋ ਗਿਆ ਇੱਕ ਤਰ੍ਹਾਂ ਦਾ ਯਤਿਮ ਹੀ ਹੋ ਜਾਂਦਾ ਪਿਓ ਨੇ ਲੱਭਣਾ ਨਹੀਂਗਾ ਮਾਂ ਨੇ ਲੱਭਣਾ ਨਹੀਂ ਹੈਗਾ ਸਾਡੇ ਕੰਟਰੀ ਵਿੱਚ ਡੋਰੀ ਸਿਸਟਮ ਹੋਣ ਕਰਕੇ ਥੋੜਾ ਬਹੁਤ ਰੌਲਾ ਪੈਂਦਾ ਪਰ ਖਾਸ ਕਰਕੇ ਸਾਡੇ ਚ ਉਹ ਲਾਲਚ ਪਾਣ ਨਹੀਂ ਜਿਹੜਾ ਹੈਗਾ ਕਿ ਅੱਜ ਵਿਆਹ ਜਾ ਉਹਦੇ ਵਿੱਚ ਇਹ ਨਹੀਂ ਹੈਗਾ ਜਣ ਡਰੱਗਸ ਕਰਕੇ ਥੋੜਾ ਪ੍ਰੋਬਲਮ ਹੈ ਗਈ ਆ ਅਮਰੀਕਾ ਚ ਡਰੱਗਸ ਦੀ ਥੋੜੀ ਜੀ ਕਟ ਕੱਟ ਗਈ ਕੱਲ ਕਿਉਂਕਿ ਉੱਤੇ ਸਿਗਰਟ ਅਨੁਛੇ ਜਿਹੜੀ ਆ ਉਹ ਕੰਟਰੋਲ ਹੋ ਗਈ ਹੁਣ ਸਿਗਰਟ ਨਹੀਂ ਲੋਕ ਪੀਂਦੇ ਬਹੁਤ ਘੱਟ ਪੀ ਰਹੇ ਆ ਮਿਊਜ਼ਿਕ ਵਾਲੇ ਪਾਸੇ ਵੀ ਬਾਤ ਆ ਗਿਆ ਹੋਰ ਉਹ ਤਰ੍ਹਾਂ ਦੀਆਂ ਜਿਹੜੀਆਂ ਇੰਡਸਟਰੀ ਨੇ ਕੰਪਨੀਆਂ ਉਹਨਾਂ ਨੇ ਜੋਬ ਵੀ ਦਿੱਤੀ ਉਹਨਾਂ ਨੂੰ ਪਰ ਪ੍ਰੋਬਲਮ ਫਿਰ ਉੱਥੇ ਆ ਡਿੱਗਦੀ ਆ ਪੈਸੇ ਦੀ ਜਿਹੜਾ ਪੈਸਾ ਜਿਹੜਾ ਹੈਗਾ ਉਹਨਾਂ ਕੋਲ ਨਹੀਂ ਬੈਂਕਾਂ ਡੁੱਬ ਗਈਆਂ ਬੈਂਕਾਂ ਹੈ ਨਹੀਂ ਹੁਣ ਬਹੁਤ ਵੱਡੀਆਂ ਬੈਂਕਾਂ ਜਿਹੜੀਆਂ ਉਹਨਾਂ ਦੇ ਡਾਲਰ ਡੋਲਰ ਬਰਬਾਦ ਹੋ ਗਏ ਜਿਹਦੇ ਜਿਹੜੇ ਅਕਾਊਂਟ ਸੀ ਉਹ ਵੀ ਲੋਕਾਂ ਦੇ ਉੱਤੇ ਠੱਪ ਹੋ ਗਏ ਔਰ ਬੜੀ ਆਪਾਂ ਅੱਗੇ ਵੀ ਕੀਤਾ ਸੀ ਡਿਸਕਸ ਕਿ ਬੜੀਆਂ ਬੈਂਕਾਂ ਜਿਹੜੀਆਂ ਉਹ ਰੁੜ ਗਈਆਂ ਉਹਦੇ ਵਿੱਚ ਇਹ ਗੱਲ ਹੋ ਗਈ ਜਿੱਥੇ ਆਰਥਿਕ ਪ੍ਰੋਬਲਮਾਂ ਜਿੱਥੇ ਇਕਨੋਮਿਕਲ ਪ੍ਰੋਬਲਮ ਆ ਉੱਥੇ ਆ ਕੇ ਡਿਵੋਰਸ ਹੁੰਦੇ ਆ ਉੱਥੇ ਆ ਕੇ ਲੜਾਈ ਝਗੜਾ ਹੁੰਦਾ ਜਿੱਥੇ ਇੱਥੇ ਲੜਾਈ ਹੁੰਦਾ ਚੌਧਰਪੂਣਾ ਜਿਹੜਾ ਸੈਲਫ ਅਸਰਸ਼ਨ ਜਿਹੜੀ ਸਾਈਕੋਲੋਜਿਸਟ ਕਹਿੰਦੇ ਉਹ ਵੀ ਹੈ ਬੰਦਾ ਜਿਹੜਾ ਹਰ ਜਗ੍ਹਾ ਮੈਨ ਡੋਮੀਨੇਟਡ ਹੈਗਾ ਪਰਦਾਨ ਜਿਹੜਾ ਹੈਗਾ ਬੰਦਾ ਹੀ ਹੁੰਦਾ ਉਹ ਜਿਹੜਾ ਬੰਦਾ ਨਾਮਿਨੇਟ ਕਰਦਾ ਕਿਉਂਕਿ ਉਹ ਪੈਰਲਲ ਕੰਟਰੀ ਹੈ ਉੱਚ ਔਰਤ ਵੀ ਪੜੀ ਲਿਖੀ ਆ ਉਹ ਟੋਲਰੇਟ ਨਹੀਂ ਕਰਦੀ ਕਿ ਤੂੰ ਮੈਨੂੰ ਡੋਮੀਨੇਟ ਕਰੇਗਾ ਇੰਡੀਆ ਚ ਮੰਨ ਜਾਣਗੇ ਪਾਕਿਸਤਾਨ ਚ ਮੰਨ ਜਾਣਗੇ ਇਹ ਬੰਦਾ ਜੀ ਬੋਲਦਾ ਤਾਂ ਕੋਈ ਗੱਲ ਨਹੀਂ ਕੱਲ ਨੂੰ ਤਾਂ ਮੇਰਾ ਹੀ ਆ ਨਾ ਇਹਨੇ ਕਿੱਥੇ ਚੱਲ ਜਾਣਾ ਜੀ ਹੀ ਸਮਾਈ ਹਸਬੰਡ ਕਾਏਗੀ ਸਾਡਾ ਰੁਤਬਾ ਟ੍ਰੈਡੀਸ਼ਨ ਹੋ ਰਹੀ ਗਈਆਂ ਪਰੰਪਰਾ ਹੋ ਰਹੀ ਐ ਐਗਜੈਕਟਲੀ ਸਾਡੇ ਹੋ ਰਹੀ ਐ ਹੋਰ ਅਡਵਾਂਸ ਕੰਟਰੀ ਅਡਵਾਂਸ ਕਰ ਜਿੱਥੇ ਅਡਵਾਂਸਮੈਂਟ ਹੋ ਕੇ ਉੱਥੇ ਲੜਾਈ ਝਗੜਾ ਜ਼ਰੂਰ ਹੁੰਦਾ ਮੇਨ ਚੀਜ਼ ਆਰਥਿਕ ਮੁੱਦੇ ਨੇ ਨਾ ਜਿੱਥੇ ਦੇਖਦੇ ਆ ਕਿ ਸਾਨੂੰ ਆਰਥਿਕ ਤੌਰ ਤੇ ਫਾਇਦਾ ਹੈ ਅਸੀਂ ਉਧਰ ਚੁੱਕਣਾ ਪਸੰਦ ਕਰਦੇ ਆ ਠੀਕ ਹੈ ਨਾ ਕਿਉਂਕਿ ਸੋਸ਼ਲ ਮੁੱਦਿਆਂ ਤੋਂ ਅਸੀਂ ਅੱਗੇ ਆਰਥਿਕ ਮੁੱਦਿਆਂ ਤੱਕ ਜਾ ਚੁੱਕੇ ਆ ਔਰ ਆਰਥਿਕ ਕਿਉਂਕਿ ਪੈਸੇ ਦੇ ਖੇਲ ਨੇ ਸਾਰੇ ਦੁਨੀਆ ਦੇ ਪਰ ਪੈਸੇ ਦਾ ਖੇਲ ਕਦੀ ਕੁਝ ਤੇ ਕਦੀ ਕੁਝ ਅਸੀਂ ਫਿਰ ਵੀ ਕੁਝ ਇਦਾਂ ਸੋਚ ਲੈਂਦੇ ਆ ਕਿ ਐਸੇ ਤਾਂ ਇੱਥੇ ਵੀ ਮਤਲਬ ਕਲਚਰ ਕਿਤੇ ਰਹੀ ਨਹੀਂ ਫਿਰ ਵੀ ਅਸੀਂ ਸੋਚ ਲੈਂਦੇ ਆ ਕਿ ਕਿਤੇ ਕੰਪੇਟਿਟਿਵਲੀ ਉਹਨਾਂ ਨੂੰ ਬੈਟਰ ਪਰ ਉੱਥੇ ਜਿਵੇਂ ਕਹਿੰਦੇ ਨੇ ਡਿਫਰੈਂਟ ਕਲਚਰ ਨੇ ਹੁਣ ਇੱਥੇ ਵੀ ਅਸੀਂ ਦੇਖਦੇ ਆਂ ਕਈ ਵਾਰ ਪੁਰਾਣੀਆਂ ਕਥਾਵਾਂ ਦੇਖੋ ਡਿਫਰੈਂਟ ਕਲਚਰ ਜੰਗਲਾਂ ਦੇ ਵਿੱਚ ਡਿਫਰੈਂਟ ਕਲਚਰ ਉੱਥੇ ਵੀ ਸਾਡੇ ਰਿਸ਼ੀ ਮੂਨੀ ਗਏ ਉਹਨਾਂ ਨੇ ਉਹ ਉਹ ਚੀਜ਼ ਫੇਸ ਕੀਤੀ ਸ਼ਹਿਰ ਦੇ ਵਿੱਚ ਡਿਫਰੈਂਟ ਕਲਚਰ ਔਰ ਅੱਜ ਵੀ ਦੇਖਣ ਨੂੰ ਮਿਲਦੇ ਨੇ ਵੈਸੇ ਇਹਨੂੰ ਦੂਜੀ ਤਰ੍ਹਾਂ ਇਹਨੂੰ ਸਤਨਾਜਾ ਵੀ ਕਹਿ ਸਕਦੇ ਤੇ ਖਿਚੜੀ ਵੀ ਕਹਿ ਲੈਂਦੇ ਆ ਕਹਿ ਸਕਦੇ ਖਿਚੜੀ ਜਿਹਦਾ ਬਣਾਉਂਦੇ ਨੇ ਕਿ ਖਿਚੜੀ ਚ ਹਰ ਤਰ੍ਹਾਂ ਦੇ ਜਿਹੜੇ ਆਨਾਜ ਪਾ ਦਿੰਦੇ ਆ ਵੈਸੇ ਤੇ ਚੌਲ ਹੁੰਦੇ ਆ ਚੌਲਾਂ ਦੇ ਟੁਕਰੀਆਂ ਛੋਟੀਆਂ ਪਾ ਕੇ ਤੇ ਉਹਨਾਂ ਵਿੱਚ ਚੌਲਾਂ ਦੇ ਨਾਲ ਦਾਲ ਤੇ ਕਈ ਕੁਝ ਪਾ ਕੇ ਉਹ ਉਹ ਸਤਨਾਜਾ ਬਣ ਜਾਂਦਾ ਇਹ ਹੁਣ ਤੁਸੀਂ ਗੱਲ ਕੀਤੀ ਕਲਚਰ ਦਾ ਸਤਨਾਜਾ ਹੀ ਆ ਕਈ ਤਰ੍ਹਾਂ ਦੇ ਲੋ ਲੈਂਗੁਏਜ ਦਾ ਵੀ ਬੜਾ ਚੱਕਰ ਹੈਗਾ ਕਮਿਊਨੀਕੇਸ਼ਨ ਦਾ ਵੀ ਬੜਾ ਫਰਕ ਪੈ ਜਾਂਦਾ ਇਸ ਕਰਕੇ ਵੀ ਹੈਗਾ ਕਿਉਂਕਿ ਜਿਹੜਾ ਉਹ 50 ਦੇਸ਼ਾਂ ਦਾ 50 ਸਟੇਟਾਂ ਦਾ ਦੇਸ਼ ਦੇਖੋ ਹੁਣ ਇੱਥੇ ਅਸੀਂ ਜਿਵੇਂ ਮੈਂ ਹੁਣ ਤੁਸੀਂ ਬੈਠੇ ਹੋ ਮੈਂ ਤੁਹਾਡੇ ਚਿਹਰੇ ਦੇ ਨੇੜੇ ਆਪਣਾ ਚਿਹਰਾ ਲੈ ਆ ਕੇ ਤੁਹਾਡੇ ਨਾਲ ਗੱਲ ਕਰਾਂ ਇਹਦੇ ਵਿੱਚ ਕੀ ਹੈ ਕਿ ਆਪਣਾਪਣ ਕਿ ਕੋਈ ਗੱਲ ਹੈਗੀ ਜਿਹੜੀ ਬਾਕੀਆਂ ਤੋਂ ਲੁਕੋ ਕੇ ਸਿਰਫ ਮੇਰੇ ਨਾਲ ਕਰਨਾ ਚਾਹੁੰਦਾ ਹੈ ਕਈ ਵਿਦੇਸ਼ੀਆਂ ਦੇ ਕਲਚਰ ਇਦਾਂ ਦੇ ਨੇ ਕਿ ਤੁਹਾਡੇ ਚਿਹਰੇ ਦੇ ਨੇੜੇ ਮੈਂ ਆਪਣਾ ਚਿਹਰਾ ਲੈ ਕੇ ਆ ਕੇ ਇਦਾਂ ਸਾਹਮਣੇ ਆ ਕੇ ਗੱਲ ਕਰੂੰਗਾ ਤਾਂ ਇਹ ਸਮਝ ਜਾਏਗਾ ਕਿ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਹਾਂ ਹਾ ਧਰਿਣਾਉਣ ਦੇ ਦਿੰਦੇ ਪਿਛੋ ਡੋਂਟ ਟੱਚ ਅ ਗੁਏ ਕਰਨਗੇ ਤੁਸੀਂ ਬੱਚੇ ਨੂੰ ਆਪਣੇ ਆ ਕੇ ਮੇਰੇ ਚਿਹਰੇ ਦੇ ਕਿਹੜਾ ਕਿਹੜਾ ਲੱਗਦਾ ਕੋਈ ਪਿਆਰਾ ਲੱਗਦਾ ਇਹ ਬੋੜਦੇ ਤੁਸੀਂ ਆਪਣੀ ਹੱਥ ਨਾ ਲਾ ਲਿਆ ਉਹਨੂੰ ਜੁੰਮੀਆਂ ਚਟਿਆ ਜੋ ਕੁਝ ਤੜਜੀ ਕਰਦਾ ਪਰ ਇੰਡੀਅਨ ਨੂੰ ਪੰਜਾਬੀ ਨੂੰ ਤਾਂ ਕੋਈ ਨਹੀਂ ਰੋਕੂਗਾ ਪਰ ਜਦੋਂ ਉਹਨਾਂ ਦੇ ਬੱਚੇ ਨੂੰ ਹੱਥ ਲਾਇਆ ਤੇ ਤੁਹਾਡੇ ਤੇ ਕੇਸ ਹੋ ਜਾਊਗਾ ਬੜਾ ਕੁਝ ਹੋ ਜਾਊਗਾ ਉਹ ਨੇੜੇ ਨਹੀਂ ਹੋਣ ਦਿੰਦੇ ਇਸ ਕਰਕੇ ਉਹਨਾਂ ਦਾ ਅਹਿਸਾਸ ਉਹਨਾਂ ਦੀ ਆਪਣਾਤ ਉਹਨਾਂ ਦਾ ਪਿਆਰ ਮੁਹੱਬਤ ਦੂਰ ਹੋ ਜਾਂਦਾ ਜਿਹੜਾ ਸ਼ੇਕ ਹੈਂਡ ਹੈ ਵੀ ਉਹਨਾਂ ਤੋਂ ਆਇਆ ਅਸੀਂ ਤੇ ਜਫੀ ਪਾ ਕੇ ਇੱਕ ਦੂਜੇ ਨਾਲ ਜੁੜਦੇ ਆਂ ਪੁਰਾਣੀਆਂ ਸਤਿਕਾਰ ਬਣਾਉਣੇ ਹੱਥ ਜੋੜ ਕੇ ਪੁਰਾਣੀਆਂ ਮਾਤਾ ਜਦੋਂ ਮੇਲ ਆਉਂਦਾ ਸੀ ਨਾਨਕਾ ਮੇਲ ਤੇ ਜਦੋਂ ਦਾਤਕਾ ਮੇਲ ਇਕੱਠਾ ਹੁੰਦਾ ਸੀ ਨਾ ਉਹ ਤੇ ਜਫੀ ਪਾ ਕੇ ਤੇ ਉਹ ਐਸ ਮੋਢੇ ਨਾਲ ਫਿਰ ਉਸ ਮੋਢੇ ਨਾਲ ਜਫੀ ਪਾ ਕੇ ਮਿਲਦੀ ਸੀ ਪੁਰਾਣੀਆਂ ਜਿੰਨਾਂ ਦੀ ਤੇ ਹੁਣ ਸ਼ੇਕ ਐਂਡ ਅੱਧਾ-ਅੱਧਾ ਮਿਲਣਾ ਹੈਗਾ ਹਰ ਚੀਜ਼ ਅੱਧੀ ਰਹੇਗੀ ਜਾਦਾ ਕਾ ਪਤਾ ਕੀਤਾ ਅੱਧੀ ਅਖਬਾਰ ਪੜ੍ਹੀ ਅੱਧਾ ਹੀ ਤੁਸੀਂ ਸਕੂਟਰ ਚਲਾਇਆ ਸਹੀ ਕਹਿੰਦਾ ਉਹ ਬਾਹਰੋਂ ਮੁੰਡਾ ਆਇਆ ਜਿਹੜਾ ਮਤਲਬ ਫੈਮਿਲੀ ਬਾਹਰ ਚੱਲੇਗੀ ਜਿਹੜਾ ਬੱਚਾ ਉੱਥੇ ਹੀ ਪੈਦਾ ਹੋਇਆ ਨਾ ਬਾਹਰੋਂ ਉਹ ਵਾਪਸ ਪੰਜਾਬ ਆਇਆ ਇੱਕ ਵਾਰੀ ਪਹਿਲੀ ਵਾਰ ਆਇਆ ਮਤਲਬ ਪੈਦਾ ਉੱਥੇ ਹੋਇਆ ਪੜ੍ਹਿਆ ਵੀ ਉੱਥੇ ਜਵਾਨ ਹੈ ਉਹ ਇੱਥੇ ਆਇਆ ਜਿਵੇਂ ਤੁਸੀਂ ਕਹਿੰਨਾ ਪੁਰਾਣੀਆਂ ਬਜ਼ੁਰਗ ਇਦਾਂ ਮਿਲਦੀਆਂ ਨੇ ਉਹਨੇ ਇੱਕ ਵਾਰੀ ਦੇਖਿਆ ਕਿਤੇ ਕਈਆਂ ਮਿਲੀਆਂ ਦੋ ਵਾਰੀ ਦੇਖਿਆ ਤੀਜੀ ਚੌਥੀ ਵਾਰ ਜਦੋਂ ਦੇਖ ਲਾ ਆ ਫਿਰ ਸ਼ੁਰੂ ਹੋ ਗਿਆ ਕਿਉਂ ਨੋ ਬੜਾ ਅਜੀਬ ਲੱਗਦਾ ਅ ਫਿਰ ਸ਼ੁਰੂ ਹੋ ਗਿਆ ਕੰਮ ਦਿਲੋਂ ਮਿਲਦੇ ਲੋ ਦਿਲੋਂ ਮਿਲਦਾ ਹੈ ਨਾ ਜਦੋਂ ਤੁਸੀਂ ਇੱਕ ਦੇ ਬਾਡੀ ਨਾਲ ਬਾਡੀ ਲਾਉਗੇ ਨਾ ਤੇ ਤੁਹਾਨੂੰ ਲੱਗਦਾ ਆਪਣਾ ਤੇ ਪਿਆਰ ਲੱਗਦਾ ਇਹ ਮੇਰਾ ਯਾਰ ਇਹਦਾ ਬਿਲਕੁਲ ਹੈ ਉਹਦੀ ਹੀਟ ਉਹਦਾ ਪਿਆਰ ਉਹਦਾ ਮੁਹੱਬਤ ਆ ਤੁਹਾਡੇ ਅੰਦਰ ਸਮਾ ਜਾਂਦੀ ਬਿਲਕੁਲ ਸਹੀ ਗੱਲ ਹੈ ਇਵਨ ਇੱਥੋਂ ਦੇ ਗਏ ਹੋਏ ਲੋਕ ਜਦੋਂ ਬਾਹਰ ਜਾ ਕੇ ਵਸਦੇ ਨੇ ਇੱਥੋਂ ਦਾ ਕਲਚਰ ਭੁੱਲ ਜਾਂਦੇ ਨੇ ਕਈ ਕੈਨੇਡਾ ਤੋਂ ਆਏ ਅੰਕਲ ਜੀ ਹੈਲੋ ਹਾਈ ਕੈਨੇਡਾ ਤੋਂ ਆਏ ਅੰਕਲ ਜੀ ਤੇ ਅਸੀਂ ਜਦੋਂ ਆਏ ਤੇ ਬਜ਼ੁਰਗ ਨੇ ਅਸੀਂ ਤੇ ਇੱਥੋਂ ਦੇ ਵਕਣ ਪੈਰੀ ਹੱਥ ਲਾਓ ਜਾਓ ਪੈਰੀ ਹੱਥ ਲਾਓ ਆਓ ਪੈਰੀ ਹੱਥ ਲਾਓ ਇੱਕ ਦਿਨ ਉਹ ਕਹਿੰਦੇ ਯਾਰ ਤੁਸੀਂ ਹੱਥਾਂ ਪੈਰਾਂ ਨੂੰ ਬਹੁਤ ਪੈਂਦੇ ਹੋ ਆਦਤ ਨਹੀਂ ਰਹੀ ਕਿ ਰਿਸ਼ਤਿਆਂ ਨੇ ਜਿਹੜੇ ਰਿਸ਼ਤੇ ਨੇ ਜਿਹੜੇ ਆਪਣੇ ਵੀ ਥੋੜਾ ਜਿਹਾ ਉਹਦੇ ਵਿੱਚ ਬੜਾ ਭਾਵ ਬਣ ਗਿਆ ਬਹੁਤ ਚੇਂਜ ਆਈ ਆ ਅੰਟੀਆਂ ਆ ਗਈਆਂ ਹੈਨਾ ਤਾਈ ਮਾਸੀ ਨਾਨੀ ਕੋਈ ਨਹੀਂ ਰਹੀ ਹੈਨਾ ਫਿਰ ਆਂਟੀ ਅੰਕਲ ਆ ਗਏ ਗ੍ਰੈਂਡਫਾਦਰ ਗ੍ਰੈਂਡਮਦਰ ਹੈਨਾ ਫਿਰ ਤੁਹਾਡੇ ਵਿੱਚ ਜਿਹੜੇ ਆ ਗਏ ਅੰਕਲ ਆਂਟੀ ਸਾਰਾ ਕੁਝ ਆ ਗਿਆ ਨਾ ਭੂ ਦਾ ਪਤਾ ਲੱਗਦਾ ਨਾ ਮਾਸੀ ਦਾ ਨਾ ਫੁੱਫੜ ਦਾ ਨਾ ਤਾਏ ਦਾ ਨਾ ਚਾਚੇ ਦਾ ਕੁਝ ਨਹੀਂ ਪਤਾ ਲੱਗਦਾ ਆਪਣੇ ਵੀ ਰਲ ਗੋਬਾ ਬਣ ਗਿਆ ਸਤਨਾਜਾ ਬਿਲਕੁਲ ਸਤਨਾਜਾ ਹੋ ਗਿਆ ਚਲੋ ਹੁਣ ਅੱਗੇ ਚਲੀਏ ਸਤਨਾਜੇ ਤੋਂ ਆ ਨਾਲ ਦਾ ਗਵਾਂਡੀ ਮੁਲਕ ਹੈ ਉਹ ਸਾਡੇ ਵਰਗਾ ਹੀ ਹੈ ਹਾਂ ਪਾਕਿਸਤਾਨ ਹਾਂ ਪਾਕਿਸਤਾਨ ਚੱਕਰ ਲਾ ਆਈਏ ਹਾਂ ਕਹਿੰਦੇ ਨੇ ਕਿ ਜਿਹੜੇ ਸਾਬਕਾ ਪਾਇਆ ਹੁਣ ਪਾਕਿਸਤਾਨ ਹੁੰਦਾ ਉੱਥੋਂ ਅਮਰੀਕਾ ਤੋਂ ਫਲਾਈਟ ਪਾਕਿਸਤਾਨ ਦੀ ਉੱਥੋਂ ਇੰਡੀਆ ਆਉਨੇ ਆਪਾਂ ਜੀ ਜੀ ਤੇ ਪ੍ਰਧਾਨ ਮੰਤਰੀ ইমরান ਖਾਨ ਹੁਣ ਅੰਡਰ ਅਰੈਸਟ ਨੇ ਤੇ ਫੌਜ ਨਾਲ ਜਿਹੜੀ ਉਹਨਾਂ ਦੀ ਦੂਰੀ ਹੈ ਵੱਧ ਗਈ ਹੈ ਵੈਸੇ ਤਾਂ ਅਸੀਂ ਜਾਣਦੇ ਹਾਂ ਕਿ ਫੌਜ ਦੇ ਇਸ਼ਾਰੇ ਦੇ ਉੱਤੇ ਪ੍ਰਾਈਮ ਮਿਨਿਸਟਰ ਬਣਾਏ ਜਾਂਦੇ ਨੇ ਤੇ ਚੁੱਕੇ ਜਾਂਦੇ ਨੇ ਉੱਥੇ ਪਾਕਿਸਤਾਨ ਦਾ ਜੋ ਮਾਹੌਲ ਹੈ ਤੇ ਹੁਣੇ ਫੌਜ ਨਾਲ ਦੂਰੀ ਤੇ ਵੱਣਨੀ ਸੀ ਕਿਉਂਕਿ ਹੁਣ ਤੱਕ ਕੋਈ ਹੋਰ ਸਾਫ ਦਾ ਇਹ ਤਾਂ ਸਾਫ ਕਰਨੇ ਹੁਣ ਤੱਕ ਕੋਈ ਹੋਰ ਹੈਗਾ ਮੌਜੂਦਾ ਪ੍ਰਧਾਨ ਮੰਤਰੀ ਖੈਰ ਇਹਦੇ ਬਾਰੇ ਕੀ ਅ ਕਿਉਂਕਿ ਉੱਥੇ ਜਦੋਂ ਰਾਜਨੀਤੀ ਬਦਲਦੀ ਹੈ ਨਾ ਫਿਰ ਉਹਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਉਨਤਾਈਆਂ ਤੇ ਬੜਾ ਕੁਝ ਆਉਂਦਾ ਹੁਣ ਜਦੋਂ Imran Khan ਸੀ ਹਲਚਲ ਉਹਦੇ ਵੀ ਰਹੀ ਹੈ ਉਹਦੇ Imran Khan ਨੇ ਜਦੋਂ ਟੇਕਓਵਰ ਕੀਤਾ ਜੇ ਪ੍ਰਧਾਨ ਮੰਤਰੀ ਇਹਨਾਂ ਨੇ ਜੋ ਕੁਛ ਉੱਥੇ ਸਮਾਨ ਸੀਗਾ ਕਿਉਂਕਿ ਇਹਨਾਂ ਨੇ ਕਿਆ ਕਿ ਅਸਲ ਵਿੱਚ ਜਲੀ ਸਰਕਾਰ ਹੈ ਬਹੁਤ ਥੱਲੇ ਡਿੱਗੀ ਹੈ ਖਜ਼ਾਨੇ 'ਚ ਕੁਝ ਨਹੀਂਗਾ ਇਹਨਾਂ ਗੱਡੀਆਂ ਤੱਕ ਵੀ ਵੇਚਿਆ ਸਮਾਨ ਵੀ ਵੇਚਿਆ ਉਹ ਵੀ ਵੇਚ ਕੇ ਇਹਨੇ ਖਜ਼ਾਨਾ ਤਾਂ ਪੂਰਾ ਕੀਤਾ ਲੋਕਾਂ ਦੀ ਲੋੜਾਂ ਵੀ ਪੂਰੀ ਕੀਤੀਆਂ ਰੌਲਾ ਪੈਣੋਂ हट ਗਿਆ ਫਿਰ ਇੱਕ ਯੂਨੀਵਰਸਿਟੀ ਸੀ ਆਲੇ ਕਾਦਰ ਉਹ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਜ਼ਮੀਨ ਖਰੀਦੀ ਉਹ 50 ਹਜ਼ਾਰ ਕਰੋੜ ਦਾ ਉਹ ਕਪੜਾ ਹੋਣ ਦਾ ਇਹਨਾਂ ਨੇ ਦੋਸ਼ ਲਾਇਆ ਦਿੱਤੇ ਇਮੀਡੀਏਟਲੀ ਰੇਂਜਰ ਆਏ ਉਹਨਾਂ ਨੇ ਜਦੋਂ ਹਾਈ ਕੋਰਟ ਚ ਗਏ ਸਲਾਮਾਂਬਾਦ ਉੱਥੇ ਕੈਪਚਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਉਹ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਆ ਜਦ ਸੁਪਰੀਮ ਕੋਰਟ ਚ ਇਹਨਾਂ ਜਾਂਚ ਕਾ ਦਾਇਰ ਕੀਤੀ ਉਹਨਾਂ ਨੇ ਇਹਦੀ ਫੇਵਰ ਚ ਕੀਤਾ ਉਹਨਾਂ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਬਾਹਰ ਆ ਗਏ ਬਾਹਰ ਆਉਣ ਤੋਂ ਬਾਅਦ ਹੁਣ ਫਿਰ ਤਿੱਖੇ ਤੇਵਰ ਸੀ ਜਿਹੜੇ ਸ਼ਾਹਬਾਦ ਸ਼ਰੀਫ ਨੇ ਐਟ ਪ੍ਰੈਜ਼ੈਂਟ ਜਿਹੜੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਉਹਨਾਂ ਨੇ ਫਿਰ ਇਹਨਾਂ ਨੂੰ ਦਿੱਤਾ ਧਮਕੀ ਕਿ ਤੂੰ ਹੁਣ ਬਹੁਤ ਦੇਰ ਤੱਕ ਨਹੀਂ ਰਹੇਗਾ ਬਾਹਰ ਹੁਣ ਤੇਰੇ ਤੇ ਫਿਰ ਕੇਸ ਚੱਲ ਪਿਆ ਉਸੇ ਤਰ੍ਹਾਂ ਦਾ ਦੁਬਾਰਾ ਉਹਨਾਂ ਬੋਰਡ ਗਠਨ ਕਰ ਦਿੱਤਾ ਔਰ ਉਹਨਾਂ ਦੇ ਵੱਡੇ ਬ੍ਰਦਰ ਜਿਹੜੇ ਨਵਾਜ਼ ਸ਼ਰੀਫ ਨੇ ਉਹ ਵੀ ਇਹਦੇ ਦਾਇਰੇ ਚ ਆ ਗਿਆ ਉਹਨਾਂ ਦੀ ਬੇਟੀ ਮਰੀਮ ਵੀ ਇੱਕ ਵਾਰੀ ਕੈਪਚਰ ਹੋ ਗਈ ਸੀ ਉਹਨਾਂ ਤੇ ਵੀ ਕੇਸ ਲੱਗਾ ਸੀ ਨਵਾਜ਼ ਸ਼ਰੀਫ ਦੌੜ ਕੇ ਇੰਗਲੈਂਡ ਚਲੇ ਗਏ ਸੀ ਇਹ ਪਹਿਲੋਂ ਹੀ ਸਾਰਾ ਕੁਝ ਹੋਇਆ ਹੁਣ ਉਹ ਬਦਲੇ ਲੈ ਰਿਆ ਔਰ ਉਹਦੇ ਵਿੱਚ ਕੌਣ ਹੈਗਾ ਪਿੱਛੇ ਫੌਜ ਫੌਜ ਦੇ ਚੀਫ ਜਿਹੜੇ মনির ਨੇ ਅੱਜਕੱਲ ਜਿਹੜੇ ਐਡ ਪ੍ਰੈਜ਼ੀਡੈਂਟ ਚੀਫ ਆਫ ਦੀ ਆਰਮੀ ਸਟਾਫ ਉਹ ਨੇ ਉਹਨਾਂ ਦਾ ਹੀ ਸਾਰਾ ਸਿੱਕਾ ਚੱਲ ਰਿਹਾ ਔਰ ਉਹਦੇ ਪਿੱਛੇ ਉਹਦੇ ਪਿੱਛੇ ਕੌਣ ਉਹਨਾਂ ਦੇ ਪਿੱਛੇ ਥਾਪੀ ਦੇਣ ਵਾਲਾ ਅਮਰੀਕਾ ਹਥਿਆਰ ਉੱਥੋਂ ਆ ਰਹੇ ਆ ਪ੍ਰਮਾਣੂ ਬੰਬ ਉੱਥੋਂ ਆ ਰਹੇ ਆ ਸਾਰਾ ਕੁਝ ਉੱਥੋਂ ਆਉਣਾ ਵਾ ਜਿਹੜਾ ਉਹਨਾਂ ਦਾ ਬਜਟ ਆ ਪਾਕਿਸਤਾਨ ਦਾ ਡਿਫੈਂਸ ਬਜਟ ਹੈ ਅਮਰੀਕਾ ਦੇ ਰਿਹਾ ਟੋਟਲ ਸਾਰਾ ਉਹਨਾਂ ਕੋ ਤੇ ਚੈਨ ਕੋ ਰੋਟੀ ਖਾਣ ਲਈ ਤੇ ਉਹਨਾਂ ਬੰਦੂਕਾਂ ਤੇ ਦੂਜਾ ਕੀ ਖਰੀਦਣਾ ਉੱਥੋਂ ਆਉਂਦਾ ਔਰ ਪਾਕਿਸਤਾਨ ਤੋਂ ਨਾਲ ਅਫਗਾਨਿਸਤਾਨ ਅਫਗਾਨਿਸਤਾਨ 'ਚ ਵੀ ਇਹਨਾਂ ਦੀ ਸਾਰੀ ਚਾਂਦੀ ਚਲਦੀ ਰਹੀ ਆ ਅਮਰੀਕਾ ਦੀ ਉਹਦਾ ਵੀ ਰੌਲਾ ਪਿਆ ਸੀ ਕਿ ਤਾਲਿਬਾਨ ਨੇ ਉੱਥੋਂ ਇਹਨਾਂ ਨੂੰ ਪੂਰੀ ਤਰ੍ਹਾਂ ਭਜਾਇਆ ਅਮਰੀਕਨ ਅਜ਼ਲੇ ਤਾਲਿਬਾਨ ਦੀ ਸਰਕਾਰ ਉੱਥੇ ਸਾਰਾ ਕੁਝ ਉਹਨਾਂ ਦਾ ਉੱਥੇ ਹੀ ਆ ਉਹਨਾਂ ਦੀ ਹੁਣ ਸਾਰੀ ਕੁਝ ਚੱਲਦੀ ਹੈ ਜਿੱਥੇ ਅਰਬ ਕੰਟਰੀ ਦੇ ਨਾਲ ਜਿੱਥੇ ਤੇ ਕੰਟਰੀ ਆਪਣੇ ਨੇ ਉੱਥੇ ਅਮਰੀਕਾ ਉਹਨਾਂ ਦੇ ਪਿੱਛੇ ਹੈਗਾ ਹੁਣ ਇਹ ਤਾਂ ਪਤਾ ਲੱਗਿਆ Imran Khan ਨੂੰ ਕਿ ਗੱਲ ਤਾਂ ਜਿੱਦੀ ਚੱਲੀ ਆ ਪਹਿਲਾਂ ਕਮਰ ਬਾਜਬਾਜੀ ਸੀਗੇ ਉਹ ਚੀਫ ਆਫ ਦੀ ਆਰਮੀ ਸਟਾਫ ਸੀਗੇ ਜਿਹਨਾਂ ਨੂੰ ਨਵਜੋਤ ਸਿੱਧੂ ਵੀ ਮਿਲੇ ਸੀ ਉਹਨਾਂ ਨੂੰ ਗੱਲ ਵਕੜੀ ਪਾਈ ਤੋਂ ਦਬਾ ਦੌੜਾ ਪਿਆ ਸੀਗਾ Imran Khan ਉਹ ਤੋਂ ਪ੍ਰਧਾਨ ਮੰਤਰੀ ਸੀ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲ ਗਿਆ ਸੀਗਾ ਉਦੋਂ ਵੀ ਰਾਜਨੀਤੀ ਬੜੀ ਚੱਲੀ ਔਰ ਨਵਜੋਤ ਸਿੰਘ ਸਿੱਧੂ ਨੇ ਬੜਾ ਜ਼ੋਰ ਲਾਇਆ ਉਹਦੇ ਤੇ ਲੋਕਾਂ ਨੇ ਉਹਦੀ ਬੜੀ ਤਾਰੀਫ਼ ਕੀਤੀ ਕਿ ਉਹਨਾਂ ਨੇ ਜਿਹੜਾ ਆਉਣ ਜਾਣ ਦਾ ਲਾਂਗਾ ਖੋਲ ਦਿੱਤਾ ਜਿਹੜੀ ਫੀਸ 20 ਡਾਲਰ ਉੱਤੇ ਵੀ ਨਵਜੋਤ ਸਿੰਘ ਸਿੱਧੂ ਨੇ ਬਾਅਦ ਲੜਾਈ ਕੀਤੀ ਵੀ ਇਹ ਫੀਸ ਨਾ ਲਓ ਉਹ ਉਹਨਾਂ ਨੂੰ ਕ੍ਰੈਡਿਟ ਜਾਂਦਾ ਉਹਨਾਂ ਨੇ ਕੰਮ ਕੀਤਾ ইমরান ਖਾਨ ਨੇ ਹੈਲਪ ਕੀਤੀ ਔਰ ਇਹ ਜਿੰਨੇ ਵੀ ਸਾਰੇ ਹਿੰਦੁਸਤਾਨ ਦੇ ਲੋਕ ਨੇ ਇਹ ইমরান ਖਾਨ ਤੇ ਇਹ ਦੋਨਾਂ ਦੀ ਦੋਨੇ ਖਿਡਾਰੀ ਆ ਬੜੇ ਉੱਗੇ ਖਿਡਾਰੀ ਰਹੇ ਆ ਕ੍ਰਿਕਟ ਦੇ ਪਰ ਰਾਜਨੀਤੀ ਚ ਆਉਣ ਨਾਲ ਹਫੜਾ ਦਫੜੀ ਪੈ ਗਈ ਇਹ ਗ੍ਰਫਤਾਰ ਵੀ ਹੋ ਗਏ ਇਹਨਾਂ ਦੇ ਕੇਸ ਵੀ ਚੱਲ ਰਿਹਾ ਜ਼ਮਾਨਤ ਤੇ ਬਾਹਰ ਆ ਗਿਆ ਪਿੱਛੇ ਫੌਜ ਆ ਫੌਜ ਦੇ ਸਾਰਾ ਕੁਝ ਜਿਹੜੇ ਚੀਫ ਆਫ ਦੀ ਆਰਮੀ ਸਟਾਫ ਨੇ ਉਹ ਹਮੇਸ਼ਾ ਹੀ ਰਿਹਾ ਈਯੂਬ ਖਾਨ ਦੇ ਵੇਲੇ ਭੁੱਟੋ ਵੇਲੇ ਯਈਆ ਵੇਲੇ ਸਾਰੇ ਕੁਝ ਰਿਹਾ ਮੁਸ਼ਰਫ ਜੀ ਨੇ ਤਖਤਾ ਹੀ ਪੜ ਦਿੱਤਾ ਉਹਨਾਂ ਨੇ ਆ ਕੇ ਉਦੋਂ ਚੀਫ ਆਫ ਦੀ ਆਰਮੀ ਸਟਾਫ ਨੂੰ ਚੁੱਕ ਕੇ ਸਿੱਧੇ ਅੰਦਰ ਕਰ ਦਿੱਤੇ ਜਿੰਨੇ ਵੀ ਪ੍ਰਧਾਨ ਮੰਤਰੀ ਤੇ ਜੋ ਉਹਨਾਂ ਦੇ ਰਾਜਨੀਤਿਕ ਲੀਡਰ ਸੀਗੇ ਆਪ ਤਖਤ ਤੇ ਬੈਠੇ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਹਨਾ ਉਹਨਾਂ ਦੇ ਵੀ ਕੇਸ ਚੱਲਿਆ ਉਹਨਾਂ ਦੀ ਡੈਥ ਹੋ ਗਈ ਆ ਇੰਨਾ ਦੀ ਮੈਂ ਵੈਸੇ ਕਹਿ ਰਿਹਾ ਨਾ ਤਾਂ ਹਿਸਟਰੀ ਫੋਲ ਕੇ ਦੇਖੋ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਫੌਜ ਹੀ ਅੱਗੇ ਰਹੀ ਆ ਰਾਜਨੀਤੀ ਦੇ ਤੌਰ ਤੇ ਕਿਉਂਕਿ ਲੋਕਤੰਤਰ ਤਾਂ ਉੱਥੇ ਨਾਂ ਨਿਸ਼ਾਨੀ ਨਹੀਂ ਆ ਉੱਥੇ ਤਾਨਾशाही ਡਿਕਟੇਟਰਸ਼ਿਪ ਆ ਜਦੋਂ ਦੇ ਵੀ ਆ एक्चुअली ਇਹ ਚੱਲ ਰਹੀ ਆ ਹੁਣ ਵੀ ਉੱਥੇ ਹੋਈ ਆ ਆਪਾਂ ਪਹਿਲਾਂ ਵੀ ਆਪਣੇ ਪਲੇਟਫਾਰਮ ਤੋਂ ਗੱਲ ਕੀਤੀ ਹੈ ਕਿ ਜਦੋਂ ਭਾਰਤ ਤੇ ਪਾਕਿਸਤਾਨ ਨੂੰ ਇਕੱਠਿਆਂ ਨੂੰ ਆਜ਼ਾਦੀ ਮਿਲੀ ਸਾਨੂੰ ਤੇ ਨਾਲ ਦੇ ਨਾਲ ਸੰਵਿਧਾਨ ਸਾਡਾ ਮਿਲ ਗਿਆ ਜੀ ਇਹਨਾਂ ਨੂੰ 8-10 ਸਾਲ ਦਾ ਗੈਪ ਪੈ ਗਿਆ ਹਾਂ ਉਦੋਂ ਫੌਜ ਮਜ਼ਬੂਤ ਹੋ ਗਈ ਲੋਕਤੰਤਰ ਕਮਜ਼ੋਰ ਹੋ ਗਿਆ ਕਿਉਂਕਿ ਲੋਕਤੰਤਰ ਹਮੇਸ਼ਾ ਸੰਵਿਧਾਨ ਦੇ ਉੱਤੇ ਹੀ ਚੱਲੇਗਾ ਜਦੋਂ ਅਸੀਂ ਅਮਰੀਕਾ ਦੇ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਸਭ ਤੋਂ ਪਹਿਲਾਂ ਜੋ ਆਰਟੀਕਲਸ ਨੇ ਉਹ ਸਾਹਮਣੇ ਆਉਂਦੇ ਨੇ ਲਾਜ਼ ਸਾਹਮਣੇ ਆਉਂਦੇ ਨੇ ਫਿਰ ਉਸ ਦੇ ਉੱਤੇ ਸਭ ਕੁਝ ਚੱਲਦਾ ਬਸ ਗੱਲ ਠੀਕ ਹੈ ਪਰ ਕਈ ਵਾਰੀ ਲੋਕਤੰਤਰ ਨਾ ਕਿਤਾਬਾਂ 'ਚ ਰਹਿ ਜਾਂਦਾ ਸੰਵਿਧਾਨ ਕਿਤਾਬਾਂ ਦਾ ਬਣਿਆ ਬਣਾਇਆ ਇੱਕ ਬਾਹਰ ਮੰਦ ਦੇ ਕਿਤਾਬ ਬਣ ਰਹਿ ਜਾਂਦੀ ਹੈ ਇੰਗਲੈਂਡ ਅਨਰਿਟਨ ਕਨਸਟੀਟਿਊਸ਼ਨ ਆ ਉੱਥੇ ਕਦੀ ਹਫੜਾ ਦਫੜੀ ਨਹੀਂ ਲੱਗਦਾ ਹੈ ਨਾ ਉਹ ਦੇਖੋ ਰੂਲਸ ਨੇ ਉਹਨਾਂ ਦੇ ਰੂਲਸ ਲਿਖਿਆ ਵੀ ਹੈ ਸਾਰਾ ਕੁਝ ਉੱਥੇ ਵੀ ਡਿਸਓਬੇ ਕਰਦੇ ਆ ਭਾਵੇਂ ਸਾਡੇ ਲੀਡਰ ਸਵਿਧਾਨ ਦੀ ਸੌਖਾਂ ਖਾਂਦੇ ਆ ਉਦੋਂ ਉਹ ਟੇਕਿੰਗ ਸੈਰੇਮਨੀ ਹੁੰਦੀ ਆ ਮੁੜ ਕੇ ਆਪਣੇ ਆਪਣੇ ਤਰੀਕੇ ਨਾਲ ਜੋ ਆਪਧਰੀਆਂ ਗੱਲਾਂ ਕਰਦੇ ਉਹਦੋਂ ਸਵਿਧਾਨ ਤੇ ਲੋਕਤੰਤਰ ਕਿਦਰ ਚੱਲ ਜਾਂਦਾ ਇਹ ਕੁਝ ਪਾਕਿਸਤਾਨ ਚਾ ਉਹੀ ਸਾਡੇ ਵੀ ਹੈਗਾ ਇਹ ਔਰ ਅੱਜ ਵੀ ਇਹੀ ਚੱਲਦੀ ਪਈ ਹੈ ਮਾਹਿਰ ਸਾਡੇ ਮੰਨਦੇ ਨੇ ਕਿ ਅੱਜ ਵੀ ਅਸੀਂ ਜਿੱਦੀਆਂ ਕਈ ਸਰਕਾਰਾਂ ਨੇ ਕਈ ਲੀਡਰਸ ਨੇ ਸੰਵਿਧਾਨ ਨੂੰ ਆਪਣਾ ਉਹ ਸਥਾਨ ਨਹੀਂ ਦਿੰਦੇ ਜੋ ਆਪਣਾ ਉਹਦਾ ਬੰਦ ਦਾ ਸਥਾਨ ਹੈ ਆਪਣੀ ਮਨਮਰਜ਼ੀ ਕਰਦੇ ਸੋ ਆਪਾਂ ਅੱਗੇ ਵਧਦੇ ਹਾਂ ਜਰੂਰ ਅਗਲੀ ਗੱਲ ਇਹ ਹੈ ਕਿ ਹੁਣ ਆਪਾਂ ਜ਼ਿਲਹੰਦਰ ਦੀ ਗੱਲ ਕਰਾਂਗੇ ਸਿੱਧਾ ਜ਼ਿਲਹੰਦਰ ਆ ਜੇ ਜਿੱਤੇ ਹੋਏ ਬੈਠੇ ਆਪਾਂ ਆਪਣੀ ਧਰਤੀ ਤੇ ਆਜੋ ਇੱਕਤਹਾ ਹੈਗੀ ਆਪਾਂ ਗੱਲ ਕਰਾਂਗੇ ਕਿ ਸੁਸ਼ੀਲ ਰਿੰਕੂ ਜੀ ਜਿਹੜੇ ਜਿੱਤੇ ਨੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਏ ਨੇ ਕਾਂਗਰਸ ਨੂੰ ਸਿੱਖਣਾ ਚਾਹੀਦਾ ਇੱਕ ਇਹ ਗੱਲ ਕਰਾਂਗੇ ਲਾ ਤੇ ਜ਼ਿਮਨੀ ਚੋਣਾਂ ਚਤੰ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਨਿਗਮ ਦੀਆਂ ਚੋਣਾਂ ਦੀ ਤਿਆਰੀ ਕਰਦੀ ਹੈ। ਜ਼ਰੂਰ। ਆ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਸੋਸ਼ੀਲ ਰਿੰਕੂ ਜੀ ਤੋਂ ਕਿਉਂਕਿ ਉਹਦੇ ਨਾਲ ਹੀ ਸਾਰੀਆਂ ਇਹ ਗੱਲਾਂ ਜੁੜੀਆਂ ਹੋਈਆਂ ਨੇ। ਸੋਸ਼ੀਲ ਰਿੰਕੂ ਜੀ ਉਹਨਾਂ ਦੇ ਪਿਛੋਕਰ ਤੇ ਸਾਰਾ ਕਾਂਗਰਸ ਸੱਚੀ ਆ। ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦੇ ਗਏ ਕਿਉਂਕਿ ਜਦੋਂ ਭਾਰਤ ਜੋੜੋ ਯਾਤਰਾ ਹੋ ਰਹੀ ਹੈ ਉਸ ਵੇਲੇ ਚੌਧਰੀ ਸੰਤੋਖ ਸਿੰਘ ਜੀ ਨਾਲ ਨੇ ਰਾਹੁਲ ਗਾਂਧੀ ਦੇ ਔਰ ਉੱਥੇ ਉਹਨਾਂ ਦੀ ਤਬੀਤ ਖਰਾਬ ਹੁੰਦੀ ਜਨਵਰੀ ਦੇ ਵਿੱਚ ਇਸੇ ਸਾਲ ਤੇ ਉਹ ਤਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਖੜੇ ਪੈ ਰਹੀ ਰਾਹੁਲ ਗਾਂਧੀ ਜੀ ਨੇ ਉਹਨਾਂ ਦੀ ਧਰਮ ਪਤਨੀ ਨੂੰ ਥਾਪ ਦਿੱਤਾ ਕਿ ਇਹ ਨੈਕਸਟ ਕੈਂਡੀਡੇਟ ਰਹਿਣਗੇ ਠੀਕ ਹੈ ਉਹਨਾਂ ਨੇ ਪਰਿਵਾਰ ਨੂੰ ਦੇਖਦੇ ਹੋਏ ਇਹ ਸਿੰਪਥੀ ਨੂੰ ਦੇਖਦੇ ਹੋਏ ਇਹ ਅਨਾਉਂਸ ਕਰ ਦਿੱਤਾ ਔਰ ਉਸ ਵਕਤ ਸੁਸ਼ੀਲ ਰਿੰਕੂ ਜੀ ਵੀ ਮੌਜੂਦ ਨੇ ਕਾਂਗਰਸ ਦੇ ਵਿੱਚ ਪਰ ਕਾਂਗਰਸ ਦੇ ਵਿੱਚ ਬਾਅਦ ਵਿੱਚ ਟੁੱਟ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਔਰ ਇਹ ਗੱਲ ਹੈ ਕਿ ਸੁਸ਼ੀਲ ਰਿੰਕੂ ਜੀ ਨੇ ਜਿਹੜੇ ਕੰਮ ਕਰਵਾਏ ਨੇ ਲੋਕਾਂ ਦੇ ਕਾਂਗਰਸ ਵਿੱਚ ਹੁੰਦੇ ਹੋਏ ਜਿਹੜੇ ਸੰਪਰਕ ਬਣਾਏ ਨੇ ਕਾਂਗਰਸ ਵਿੱਚ ਹੁੰਦੇ ਹੋਏ ਉਹ ਸਾਰੇ ਸੰਪਰਕ ਲੈ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਔਰ ਇੱਥੇ ਆਮ ਆਦਮੀ ਪਾਰਟੀ ਨਹੀਂ ਜਿੱਤੀ ਇੱਥੇ ਸੁਸ਼ੀਲ ਰਿੰਕੂ ਜੀ ਜਿੱਤੇ ਨੇ ਔਰ ਆਮ ਆਦਮੀ ਪਾਰਟੀ ਨੂੰ ਇਹ ਸੂਤ ਆ ਗਿਆ ਕਿ ਉਹਨਾਂ ਨੇ ਹਾਂ ਸੁਸ਼ੀਲ ਰਿੰਕੂ ਨੂੰ ਆਪਣੇ ਵੱਲ ਮਿਲਾ ਲਿਆ ਸੀ ਹਾਂ ਮੈਂ ਇਹਦਾ ਜਵਾਬ ਦੇਣਾ ਜਵਾਬ ਇਹ ਹੈਗਾ ਕਿ ਜਿਹੜੀ ਕਾਂਗਰਸ ਹੈ ਨਾ ਜਿਹੜੀ ਤੁਸੀਂ ਇਹਦੀ ਹਿਸਟਰੀ ਦੱਸੀ ਹੈ ਜਿਹੜੇ ਜਗਜੀਤ ਸਿੰਘ ਸੀ ਫਿਰ ਚੌਧਰੀ ਸੰਤੋਖ ਸਿੰਘ ਰਹਾਏ ਇਹ 9 ਤੋਂ 14 22 ਤੱਕ ਰਿਹਾ ਜਿਹੜਾ ਉਹਨਾਂ ਦੀ ਡੈਥ ਅਚਾਨਕ ਹੋਣ ਨਾਲ ਉਹਨਾਂ ਦੀ ਸੀਟ ਖਾਲੀ ਹੋ ਗਈ ਤੇ ਸੀਟ ਨੂੰ ਦੁਬਾਰਾ ਭਰਨ ਲਈ ਚਲੋ ਰੋਹਲ ਗਾਂਧੀ ਨੇ ਉਹਨਾਂ ਦਾ ਨਾਮ ਅਨਾਉਂਸ ਕਰ ਦਿੱਤਾ ਜਦੋਂ ਕਾਂਗਰਸ ਦਾ ਸਿਰਫ ਸ਼ਸ਼ਵੀਰ ਰਿੰਕੂ ਨਹੀਂ ਆਇਆ ਇਹ ਤਾਂ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਦਾ ਸਾਰਾ ਦਫਾੜ ਹੋ ਗਈ ਜਦੋਂ ਜਾਖੜ ਸਾਹਿਬ ਦੌੜ ਗਏ ਉਹ ਵੀ ਛੜੱਪਾ ਮਾਰ ਕੇ ਬੀਜਪੀ ਚਲੇ ਗਏ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨਿਕਲ ਗਏ ਤੋਂ ਬਾਅਦ ਠੀਕ ਹੈ ਨਵਜੋਤ ਸਿੱਧੂ ਜੀ ਬੀਜਪੀ ਤੋਂ ਇਦਰਾ ਇਹ ਰਾ ਸਭਾ ਦੇ ਸੀਗੇ ਕਿਹੜੀ ਪਾਰਟੀ ਤੁਸੀਂ ਗਿਣੋਗੇ ਕਿ ਕਿਹੜੀ ਪਾਰਟੀ ਦਾ ਜਿਹੜਾ ਮੋਢੀ ਉੱਥੇ ਬੈਠਾਗਾ ਸਾਰਿਆਂ ਦਾ ਹੀ ਰਿਆ ਪਰ ਜਿਹੜੀ ਆ ਆ ਪਾਰਟੀ ਆ ਇਹਦੇ ਵਿੱਚ ਜਦੋਂ ਇਹਨਾਂ ਨੇ ਕੰਮ ਕੀਤੇ ਇੱਥੇ ਆ ਕੇ ਜਦੋਂ ਇਹਨਾਂ ਨੂੰ ਉੱਥੇ ਇਹਨਾਂ ਨੇ 99 ਇਹਨਾਂ ਦੇ ਕੈਂਡੀਡੇਟ ਜਿੱਤ ਕੇ ਸਾਰਾ ਕੁਝ ਹੋਇਆ ਜਦੋਂ ਇਹਨਾਂ ਨੇ ਜਿਹੜੇ ਕੰਮ ਕੀਤੇ ਆ ਸਾਰਾ ਕੁਝ ਇਹਦੇ ਨਾਲ ਹੋਇਆ ਜੇ ਜੇ ਅੱਗੇ ਜਿੱਤੇ ਆ ਤੇ ਉਹਦੇ ਵਿੱਚ ਕੋਈ ਪੜੇ ਲਿਖੇ ਤੋਂ ਕੁਝ ਨਹੀਂ ਬਨਵੇਂ ਪਾਰਟੀ ਜਿੱਤਦੀ ਬੰਦੇ ਨਾਲ ਨਹੀਂ ਕੋਈ ਜਿੱਤਦੀ ਪਾਰਟੀ ਤੇ ਜੇ ਇਹ ਕਾਂਗਰਸ ਜੇ ਹੁੰਦੇ ਤੇ ਰਿੰਕੂ ਹਾਰਿਆ ਹਰਿਆ ਲੈਂਦਾ ਜਿੰਕੂ ਜਿਹੜਾ ਆਪ ਚਾਕੇ ਜਿੱਤਿਆ ਜੇ ਕਾਂਗਰਸ ਆ ਕੇ ਟਿਕਟ ਲਿੰਦਾ ਤੇ ਕਾਂਗਰਸ ਦੀ ਇਹੀ ਹਾਲਤ ਹੋਣੀ ਸੀ ਜੋ ਬੀਬੀ ਕਰਮਜੀਤ ਕੌਰ ਜਿਹੜੇ ਹੈਗੇ ਨੇ ਚੌਧਰੀ ਉਹਨਾਂ ਦੀ ਹੋਈ ਹੈ ਕਿਉਂਕਿ ਕਾਂਗਰਸ ਤੋਂ ਲੋਕਾਂ ਦਾ ਮਨ ਉਚਾਟ ਹੋ ਗਿਆ ਸੀਗਾ ਅਕਾਲੀ ਦਲ ਕਿੱਥੇ ਦੇਖਣ ਤੇ ਜੇ ਨੰਬਰ ਤੇ ਉਹ ਅਕਾਲੀ ਦਲ ਆਇਆ ਭਾਜੀਪੀ ਥੋੜਾ ਅੱਗੇ ਆ ਗਿਆ ਉਸ ਤੋਂ ਬਾਅਦ ਹੁਣ ਇਹਨਾਂ ਨੇ ਗੱਲ ਵਕੜੀ ਪਾਉਣ ਦੀ ਗੱਲ ਕਹੀ ਆ ਬਾਦਲ ਸਾਹਿਬ ਦੀ ਡੈਥ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਉਹ ਚ ਬੀਸਾ ਸਿੰਘ ਬਲਟੋਆ ਨੇ ਉਹਦਾ ਵੀ ਕੀਤਾ ਪ੍ਰਵਰਤਾ ਕਿ ਇਹ ਦੁਬਾਰਾ ਇਕੱਠੇ ਹੋਣਗੇ ਜਿਹਨੂੰ ਇਹ ਮੰਥਨ ਕਹਿ ਰਿਹਾ ਔਰ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਸਾਰਾ ਕੁਝ ਹੈਗਾ ਸੁਸ਼ੀਰ ਸਿੰਘੂ ਜਿਹੜਾ ਜਿੱਤਣ ਦਾ ਕਹਿੰਦਾ ਨਾ ਨਹੀਂ ਜਿੱਤਦਾ ਪਾਰਟੀ ਜਿੱਤਦੀ ਹੈ 92 ਬੰਦੇ ਆ ਗਏ ਆ ਉਹ ਕਦ ਲਈ ਆਏ ਆ 92 ਦੇ ਆਪਾਂ ਜਾਣਦੇ ਸੀ ਉਹਨਾਂ ਨੂੰ ਵਿੱਚ ਕਈ ਤਾਂ ਵਿਚਾਰੇ ਪੜੇ ਨਹੀਂਗੇ ਕਈ ਵਿੱਚ ਗੁਣੇ ਨਹੀਂ ਕਈ ਕੁਛ ਹੈਗਾ ਜਿਹੜੇ ਪੜੇ ਲਿਖੇ ਜੋ ਪਿੱਛੇ ਰਹਿ ਗਏ ਜਿਹੜੇ ਬਾਕੀ ਜਿੱਤ ਗਏ ਪਾਰਟੀ ਜਿੱਤਦੀ ਆ ਇਮੀਡੀਏਟਲੀ ਨੈਸ਼ਨਲ ਪਾਰਟੀ ਬਣ ਗਈ ਜਦੋਂ ਜਿੱਤ ਕੇ ਅੱਗੇ ਆਈ ਆ ਹੁਣ ਇਹਨਾਂ ਨੇ ਬਿਗਲ ਵਜਾ ਦਿੱਤਾ ਆਪਣੀਆਂ ਨਗਮਚੋਣਾ ਦਾ ਨਗਮਚੋਣਾ ਦਾ ਵੀ ਆ ਹੁਣ ਉਹਦੇ ਚ ਵੀ ਦੇਖੋ ਕੀ ਕੁਝ ਹੁੰਦਾ ਕਿਉਂਕਿ ਲੋਕਾਂ ਦਾ ਇਸ ਵੇਲੇ ਪਲੜਾਈ ਵਾਲੇ ਪਾਸੇ ਆ ਹਮੇਸ਼ਾ ਇੱਕ ਹੀ ਹੁੰਦੀ ਆ ਇਹ ਜਿੱਤ ਜਿੱਥੋਂ ਹੁੰਦੀ ਆ ਰੂਲਿੰਗ ਪਾਰਟੀ ਦਿੰਦੀ ਦੇਖੋ ਇਹਦੇ ਵਿੱਚ ਅਨਾਲਿਸਿਸ ਹੈ ਇੱਕ ਤਾਂ ਤੁਹਾਡਾ ਇਹ ਅਨਾਲਿਸਿਸ ਹੈ ਦੂਜਾ ਇੱਕ ਅਨਾਲਿਸਿਸ ਇਹ ਵੀ ਅੱਗੇ ਆ ਰਿਹਾ ਹੈ ਕਿਉਂਕਿ ਦੇਖੋ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਇਹ ਤੇ ਗੱਲ ਹੀ ਖਤਮ ਹੋ ਗਈ ਜਿੱਤ ਤਾਂ ਇੱਕ ਬੰਦੇ ਨੇ ਆ ਇਹ ਤੇ ਅਨਾਲਿਸਿਸ ਹੈ ਤੁਹਾਡਾ ਅਨਾਲਿਸਿਸ ਇਹ ਪਾਰਟੀ ਵਾਲਾ ਜਾ ਰਿਹਾ ਇੱਕ ਅਨਲਿਸਿਸ ਇਹ ਵੀ ਆ ਰਿਹਾ ਹੈ ਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ ਜਿਤਾਇਆ ਲੋਕਾਂ ਨੇ ਹੀ ਹੈ VOTING ਤਾਂ ਲੋਕਾਂ ਨੇ ਦਿੱਤੀ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਤੰਗ ਆਈਆਂ ਹੋਈਆਂ ਇਸ ਕਰਕੇ ਉਹਨਾਂ ਨੇ ਸਹੀ ਗਾ ਇਹਨਾਂ ਨੂੰ ਆਪ ਆਮ ਆਦਮੀ ਆਮ ਆਦਮੀ ਪਾਰਟੀ ਨੂੰ ਜਿਤਾਇਆ ਇਹ ਕੰਮ ਕਰਦੇ ਨਹੀਂ ਕਰਦੇ ਪਰ ਲੋਕਾਂ ਦਾ ਚੁਕਾ ਉਹਨਾਂ ਦਾ ਕੋਈ ਕੰਮ ਚੁਕਾ ਲੋਕਾਂ ਉਦੋਂ ਤਾਂ ਉਹਨਾਂ ਦਾ ਕੋਈ ਕੰਮ ਹੀ ਸਾਹਮਣੇ ਨਹੀਂ ਸੀ ਉਹ ਤਾਂ ਫਰੈਸ਼ ਸੀ ਬਿਲਕੁਲ ਪੰਜਾਬ ਵਿੱਚ ਕਦੀ ਆਏ ਹੀ ਨਹੀਂ ਹੈਗੇ ਉਹ ਪਹਿਲੀ ਵਾਰ ਆਏ ਹਾਂ ਔਰ ਲੋਕਾਂ ਨੇ ਜਿਤਾ ਦਿੱਤਾ ਔਰ ਇਸ ਵਾਰ ਕੀ ਹੋਇਆ ਕਈ ਮਾਹਿਰ ਇਹ ਮੰਨਦੇ ਨੇ ਕਿ ਜੀ ਸੁਸ਼ੀਲ ਰਿੰਕੂ ਜੀ ਰਹਿੰਦੇ ਕਾਂਗਰਸ ਦੇ ਵਿੱਚ ਔਰ ਚੌਧਰੀ ਸੰਤੋਖ ਸਿੰਘ ਜੀ ਦੀ ਤਰ੍ਹਾਂ ਪਤਨੀ ਦੀ ਥਾਂ ਦੇ ਉੱਤੇ ਟਿਕਟ ਇਹਨਾਂ ਨੂੰ ਦੇਣ ਦੀ ਕਾਂਗਰਸ ਤਾਂ ਪੋਸਿਬਿਲਟੀ ਇਹ ਸੀ ਕਿ ਇਹ ਵਾਲੀ ਚੋਣ ਕਾਂਗਰਸ ਜਿੱਤਦੀ ਕਿਉਂਕਿ ਇਹ ਰਿੰਕੂ ਜਿਹੜੇ ਆਪਣੀ ਸਾਖ ਬਣਾ ਚੁੱਕੇ ਨੇ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਕਿਉਂਕਿ ਉਹ ਅੱਗੇ ਐਕਟਿਵ ਨੇ ਨਾ ਜੋ ਚੌਧਰੀ ਸੰਤੋਖ ਸਿੰਘ ਜੀ ਨੇ ਉਹਨਾਂ ਦੀ ਪਤਨੀ ਤਾਂ ਐਕਟਿਵ ਨਹੀਂ ਰਹੇ ਪੋਲਿਟਿਕਸ ਤੋਂ ਦਾ ਟੀਚਿੰਗ ਲਾਈਨ ਤੋਂ ਨੇ ਜੋ ਸੁਸ਼ੀਲ ਰਿੰਕੂ ਜੀ ਨੇ ਉਹ ਐਕਟਿਵ ਰਹੇ ਨੇ ਇਸ ਕਰਕੇ ਜਿਹੜੇ ਉਹਨਾਂ ਦੇ ਸੰਬੰਧ ਬਣਾਏ ਹੋਏ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਗ ਕਾਂਗਰਸ ਦੇ ਵਿੱਚ ਰਹਿੰਦੇ ਤੇ ਰਾਹੁਲ ਗਾਂਧੀ ਇਹਨਾਂ ਨੂੰ ਟਿਕਟ ਦਿੰਦੇ ਤਾਂ ਇਹ ਸੀਟ ਕਾਂਗਰਸ ਦੇ ਹੱਕ ਵਿੱਚ ਹੀ ਜਾਣੀ ਸੀ ਇਹ ਵੀ ਕਈ ਮਾਹਿਰ ਮੰਨਦੇ ਨੇ ਕਿ ਇਹ ਜੋਨ ਆਮ ਆਦਮੀ ਪਾਰਟੀ ਨੇ ਜਿੱਤੀ ਇਹ ਸੁਸ਼ੀਲ ਰਿੰਕੂ ਜਿੱਤੇ ਨੇ ਇਹ ਇੱਕ ਪਰਸਨ ਦੀ ਜਿੱਤ ਹੋਈ ਹੈ ਕਈ ਮਾਹਿਰ ਇਹ ਵੀ ਮੰਨਦੇ ਨੇ ਇਹ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਖੈਰ ਮੇਰੇ ਖਿਆਲ ਨਾਲ ਪਤਾ ਕੀ ਹੈਗਾ ਤੁਹਾਡਾ ਪੁਆਇੰਟ ਆ ਇਹ ਹੈ ਕਿ ਜਿਹੜਾ ਵੇਗਾ ਪਾਰਟੀ ਜਿੱਤਦੀ ਹੈ ਬੰਦਾ ਕਦੇ ਵੀ ਨਹੀਂ ਜਿੱਤਦਾ ਜੋ ਵੀ ਹੈਗਾ ਨਹੀਂ ਤੇ ਇਹ ਦੇਖੋ ਅੱਗੇ ਕਾਂਗਰਸ ਜਿੱਤਦੀ ਰਹੀ ਹੈ ਜਿਹੜੀ ਇਹ ਅਡੀਸ਼ਨਲੀ ਕਾਂਗਰਸ ਦੀ ਸੀਟਾਂ ਕਾਂਗਰਸ ਦੀ ਸੀਟ ਰਹੀ ਹੈ 9 ਤੋਂ ਲੈ ਕੇ ਹੁਣ ਤੱਕ ਜਿਹੜੀ ਕਾਂਗਰਸ ਜਿੱਤਦੀ ਦੀ ਆ ਔਰ ਇੱਕ ਫੈਮਿਲੀ ਜਿੱਤਦੀ ਰਹੀ ਹੈ ਉਹਨਾਂ ਤੋਂ ਬਾਅਦ ਹੁਣ ਜਦੋਂ ਪਤਾ ਲੱਗਾ ਉਹਨਾਂ ਨੂੰ ਕਿ ਕਾਂਗਰਸ ਐਸ ਵੇਲੇ ਟੈਟੇਰੀ ਹੋ ਗਈ ਆ ਟੈਟੇਰੀ ਕਹਿੰਨੇ ਕੀਤਾ ਆਪ ਨੇ ਆਪ ਨੇ ਅਕਾਲੀ ਦਲ ਦਾ ਕਿੰਨਾ ਜ਼ੋਰ ਸੀਗਾ ਅਕਾਲੀ ਦਲ ਲਬਦਾ ਹੁਣ ਤੋ ਭਾਜਪਾ ਦਾ ਕਿੱਥੇ ਹੈਗਾ ਭਾਜਪਾ ਨੇ ਵੀ ਲੜਦੀ ਅਸੀਂ ਇਕੱਲੇ ਕਾਂਗਰਸ ਦੀ ਗੱਲ ਨਹੀਂ ਕਰਦੇ ਤਿੰਨੇ ਪਾਰਟੀਆਂ ਨੂੰ ਲੱਗੀਆਂ ਐਕਚੁਅਲੀ ਇਹ ਮਿਕਸ ਵਿਚਾਰ ਨੇ ਪਰ ਹੁਣ ਇਹ ਜੋ ਸਭ ਜਾਣੇ ਮੰਥਨ ਕਰਦੇ ਨੇ ਹੁਣ ਗੱਲ ਇਹ ਹੈ ਕਿ ਜੋ ਜਿੱਤ ਗਿਆ ਸੁਸ਼ੀਲ ਰਿੰਕੂ ਜਿੱਤ ਗਏ ਹੁਣ ਉਹ ਇੱਕ ਹੀ ਕੰਮ ਕਰਦੇ ਨੇ ਮੁੱਦਾ ਇਹ ਹੈ ਸਾਲ ਹੈਗਾ ਸਾਲ ਤੋਂ ਬਾਅਦ ਫੇਰ ਲੋਕ ਸਭਾ ਚੋਣਾਂ 2024 ਦੇ ਵਿੱਚ ਡਿਊ ਨੇ ਇਸ ਸੀਟ ਵਾਸਤੇ ਵੀ ਡਿਊ ਹੋਣੀ ਹੈ ਪਰ ਇਹਦੇ ਚ 9 ਹਲਕੇ ਆ ਨਾ ਸੁਸ਼ੀਲ ਰਿੰਕੂ ਦਾ ਕੱਲਾ ਹਲਕਾ ਨਹੀਂਗਾ ਇੱਕ ਹਲਕੇ ਨੂੰ ਬਿਲੋਂਗ ਕਰਦੇ ਸੀਗੇ ਇਹ ਐਮਐਲਏ ਦਾ ਸੀ ਇੱਕ ਹਲਕਾ ਜਿਹੜਾ ਨਾਰਥ-ਈਸਟ ਜਿਹੜਾ ਜਲੰਧਰ ਦਾ ਹੈ ਤੇ ਜਿਹੜਾ ਫਲੌਰ ਸੀਗਾ ਫਲੌਰ ਤੋਂ ਨਕੋਦਰ ਸੀਗਾ ਫਿਰ ਕਰਤਾਰਪੁਰ ਸੀਗਾ ਇਹ ਜਿਹੜੇ ਨੌ ਹਲਕੇ ਆ ਨੌ ਐਮਐਲਏ ਜਿਹੜੇ ਵਿੱਚ ਇਹਦੇ ਚ ਖੜੇ ਹੁੰਦੇ ਸੀ ਸਾਰੇ ਉਹਨਾਂ ਦੀ ਕੰਟਰੀਬਿਊਸ਼ਨ ਜਿਹਦੇ ਵਿੱਚ ਆਪਦੇ ਐਮਐਲਏ ਆ ਉਹਨਾਂ ਨੇ ਉਹਨਾਂ ਨੇ ਆਪਣਾ ਸਾਰਾ ਖਾਕਾ ਕੇ ਪੇਸ਼ ਕਰਤਾ ਵੀ ਮੈਂ ਕਿੱਥੋਂ ਲੈ ਆ ਕੇ ਦਿੱਤਾ ਕੌਂਸਲਰ ਨੇ ਦੱਸਿਆ ਵੀ ਕਿੰਨੇ ਕਿੰਨੇ ਵੋਟਾਂ ਹੀ ਆਪਣੇ ਆਪਣੇ ਜਗ੍ਹਾ ਪਾਈਆਂ ਲੋਕਲ ਜਲੰਧਰ ਦੇ ਵਿੱਚੋਂ ਹੀ ਲੋਕਲ ਬਾਹਰ ਦੇ ਵਿੱਚੋਂ ਹੀ ਉਹਦੇ ਵਿੱਚ ਇਹ ਕੰਟਰੀਬਿਊਸ਼ਨ ਆ ਪਾਰਟੀ ਦੀ ਵੀ ਖੁੱਦ ਹੈਗੀ ਇਹ ਸਿੰਗਲ ਬੰਦੇ ਦਾ ਮਤਲਬ ਨਹੀਂ ਸੀਗਾ ਸਿੰਗਲ ਮਤਲਬ ਬੰਦੇ ਦਾ ਤਾਂ ਉਹਨਾ ਜੇ ਐ ਐਮਐ ਇਦੇ ਚ ਸਾਰੇ ਲੋਕ ਜਿਹੜੇ ਗਿਆਨਮਾਨ ਆ ਸਾਰੇ ਕਹਿ ਰਿਆ ਇਹਦੇ ਚ ਇੱਕ ਤਾਂ ਹਲਕਾ ਹੈ ਨੀਗਾ ਤੇ ਨਾ ਰਿੰਕੂ ਉਥੇ ਕਦੀ ਗਿਆ ਹੀ ਆ ਇਹ ਸਿਰਫ ਤੇ ਸਿਰਫ ਆਪ ਪਾਰਟੀ ਦੀ ਜਿੱਤ ਆਗੇ ਚਲੋ ਇਹ ਦੋ ਦੋ ਚੀਜ਼ਾਂ ਅਨਾਲਿਸਿਸ ਨੇ ਆਪਾਂ ਦੋਵੇਂ ਚੀਜ਼ਾਂ ਪ੍ਰੀਜ਼ੈਂਟ ਕਰ ਦਿੱਤੀਆਂ ਬਾਕੀ ਸਾਡੇ ਚਲੋ ਆਹ ਸਾਡੇ ਦਰਸ਼ਕ ਸਮਝਦਾਰ ਨੇ ਕਿ ਆਹ ਦੋ ਚੀਜ਼ਾਂ ਇਸ ਵਕਤ ਮਾਰਕੀਟ ਦੇ ਵਿੱਚ ਚਲਦੀਆਂ ਪਈਆਂ ਨੇ ਹਾਂ ਸੋ ਹੁਣ ਮੁੱਦਾ ਇਹ ਹੈ ਕਿ ਸੁਸ਼ੀਲ ਰਿੰਕੂ ਕੀ ਕਮਾਲ ਕਰਦੇ ਨੇ ਜੋ ਪੰਜਾਬ ਦੇ ਲੋਕਾਂ ਨੂੰ ਪਸੰਦ ਆਵੇ ਤਾਂ ਕਿ ਉਹ 2024 ਦੀਆਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਫਿਰ ਇਹਨਾਂ ਨੂੰ ਵੋਟ ਪਾ ਕੇ ਜਿਤਾਣ ਦੀ ਕੋਸ਼ਿਸ਼ ਕਰਨ। ਬਿਲਕੁਲ ਬਿਲਕੁਲ ਬੀਬੀਆਂ ਨੂੰ ਉਮੀਦ ਹੈ ਕਿ ਜਿਹੜਾ 1000 ਰੁਪਈਆ ਨਾ ਅਨਾਉਂਸ ਕੀਤਾ ਉਹ ਡਿੰਗੂ ਉਹ ਤੇ ਕਰਦਾ ਕਿ ਨਹੀਂ ਇਹਦੇ 'ਚ ਵੀ ਵੋਟਾਂ ਲੱਗੇ ਇਹ ਵੀ ਹੈਗਾ। ਬੀਬੀਆਂ ਨੇ ਕਿਹਾ ਕਿ ਹੁਣ ਜਿਹੜਾ ਆਊਗਾ ਸਾਡੇ ਲਈ ਬੀਬੀਆਂ ਨੱਚੀਆਂ ਗਾਈਆਂ ਉਹਨਾਂ ਨੇ ਕਿਹਾ ਕਿ ਸਾਡਾ ਹੁਣੇ ਕਿਹ ਕਿਹ ਰੁਪਈਆ ਖਰਾ ਹੋ ਗਿਆ। ਹੁਣ ਵੇਖੋ ਕੀ ਕਰਦੇ ਆ। ਚਲੋ ਇਹ ਚਮਤਕਾਰ ਹੀ ਆ। ਚਲੋ ਠੀਕ ਹੈ। ਉਹ ਆਜ਼ਮਨੀ ਚੋਂ ਦੇ ਨਤੀਜਿਆਂ ਤੋਂ ਜੋ ਕਾਂਗਰਸ ਸਿੱਖੇਗੀ ਉਹ ਸਿੱ ਬਾਕੀ ਕੇਜਰੀਵਾਲ ਨਾਲ ਮੁਲਾਕਾਤ ਕਰ ਰਹੇ ਨੇ ਕੇਜਰੀਵਾਲ ਸਾਹਿਬ ਨਾਲ ਸੋਸ਼ਲ ਰਿੰਕੋ ਜੀ ਦੇਖੋ ਨਵੀਂ ਸਟ੍ਰੈਟਜੀ ਕੀ ਬਣਦੀ ਹੈ ਜਾਨਾ ਨੀਦਨ ਨੇ ਪਾਰਟੀ ਦੇ ਉਹ ਤਾਂ ਮਿਲ ਨਹੀਂ ਹੋਏਗਾ ਕਿਉਂਕਿ ਆਏ ਵੀ ਨਹੀਂ ਇੱਥੇ ਤਾਂ ਉਸ ਤੋਂ ਬਾਅਦ ਗੱਲ ਇਹ ਹੈ ਕਿ ਹੁਣ ਜਿਹੜੀ ਇਹ ਨਿਗਮ ਦੀਆਂ ਚੋਣਾਂ ਦੀ ਤਿਆਰੀ ਹੈ ਨਾਲ 2024 ਦੀਆਂ ਚੋਣਾਂ ਦੀ ਵੀ ਤਿਆਰੀ ਕਰਨੀ ਪੈਣੀ ਹੈ ਕਿਉਂਕਿ ਹੁਣ ਤਿਆਰੀ ਉਹ ਤਿਆਰੀ ਹੈ ਹੋਰ ਕੁਝ ਨਹੀਂ ਹੈਗਾ ਕੰਮ ਕਰਨ ਵਾਸਤੇ ਕਿੰਨਾ ਕੁ ਸਮਾਂ ਬਾਕੀ ਬਚਿਆ ਇਹ ਤਾਂ ਕਹਿ ਨਹੀਂ ਸਕਦੇ بس ਤਿਆਰੀ ਵਾਸਤੇ ਸਮਾਂ ਬਹੁਤ ਥੋੜਾ ਹੈ ਔਰ ਭਾਜਪਾ ਵੀ ਤਿਆਰ ਹੈ ਪੂਰੀ ਸਟ੍ਰੈਟਜੀ ਬਣਨੀ ਪਈ ਆ ਇੱਧਰ ਕਾਂਗਰਸ ਵੀ ਤਿਆਰ ਹੈ ਤੇ ਇੱਧਰ ਆਮ ਆਦਮੀ ਪਾਰਟੀ ਵੀ ਤਿਆਰ ਹੈ ਹੁਣ ਇਹ ਫਸਮਾ ਮੁਕਾਬਲਾ 2024 ਬਹੁਤ ਦਿਲਚਸਪ ਹੋਣ ਵਾਲਾ ਹੈ ਦੇਖੋ ਇਹਦਾ ਕੀ ਨਤੀਜਾ ਨਿਕਲਦਾ ਨਿਕਲਗੀ ਨਿਗਮ ਦੀ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ ਨਿਗਮ ਦੇ ਨਾਲ ਜਿਹੜੀ ਪੰਚਾਇਤਾਂ ਹਨ ਪਿੰਡਾਂ ਦੀਆਂ ਜਦੋਂ ਕਾਂਗਰਸ ਆਉਂਦੀ ਰਹੀ ਹੈ ਨਾ ਕਾਂਗਰਸ ਸਭ ਤੋਂ ਪਹਿਲਾਂ ਪੰਚਾਇਤਾਂ ਤੋੜ ਕੇ ਨਵੀਆਂ ਪੰਚਾਇਤਾਂ ਦੀ ਚੋਣ ਹੁੰਦੀ ਸੀ ਉੱਥੇ ਸਰਪੰਚ ਆਪਣੇ ਹੁੰਦੇ ਸੀ ਇਹ ਨਿਗਮ ਦਾ ਹੁਣ ਆਪ ਦਾ ਵੀ ਇਹੀ ਮੰਚਾ कि ਜਿਹੜੀਆਂ ਨਿਗਮਾਂਆਂ 'ਚ ਮੇਅਰ ਸਾਡੇ ਆਉਣਗੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿੰਨੇ ਵੀ ਕੌਂਸਲਰ ਸਾਰੇ ਉਹ ਸਾਡੇ ਹੋਣਗੇ ਇਹਨਾਂ ਨੇ ਕਿਹਾ ਕਿ ਇਹ ਤੇ ਜ਼ਮੀਨ ਹੈ ਜ਼ਮੀਨ ਤੋਂ ਹੀ ਸਾਰਾ ਕੁਝ ਉੱਠਣਾ ਸਾਰਾ ਕੁਝ ਕੌਂਸਲਰ ਮੇਅਰ ਜਿਹੜੇ ਨਾਲ ਇਹਨਾਂ ਦੇ ਸਰਪੰਚ ਮੈਂਬਰ ਪੰਚਾਇਤ ਦੇ ਮੁਖੀ ਉਹ ਸਾਰੀਆਂ ਵੋਟਾਂ ਦੇ ਤਾਂ ਬੈਂਕ ਉਹ ਹੈਗੇ ਸਾਰਾ ਕੁਝ ਇਹਨਾਂ ਨੇ ਉਹਨਾਂ ਵੱਲ ਜਾਣਾ ਹੈਗਾ ਉਹਨਾਂ ਵੱਲ ਜਾ ਕੇ ਉਹਨਾਂ ਨੂੰ ਜਿਤਾਉਣਗੇ ਜਿਤਾਉਣ ਤੋਂ ਬਾਅਦ ਫਿਰ ਇਹਨਾਂ ਦੀ ਪੱਕੀਆਂ ਵੋਟਾਂ ਹੋਣਗੀਆਂ ਕਿਉਂਕਿ ਐਸ ਵੇਲੇ ਪ੍ਰੋਬਲਮ ਪਤਾ ਕੀ ਹੋ ਗਈ ਨਿਗਮ ਚੋਣਾਂ ਆ ਗਈਆਂ ਫਿਰ 2024 ਦੀਆਂ ਵੀ ਆ ਗਈਆਂ ਉਹਦੇ ਵਿੱਚ ਇਹਨਾਂ ਨੇ ਕਈ ਖੇਡ ਖੇਡਣੀਆਂ ਤੇ ਕਈ ਪੜੋਲ ਬਣਾਉਣੇ ਆ ਔਰ ਕਈ ਤਰ੍ਹਾਂ ਦੇ ਜੰਪ ਮਾਰਨੇ ਆ ਹੁਣ ਦੇਖੋ ਕੀ ਕੁਝ ਹੁੰਦਾ ਕਿਉਂਕਿ ਆਪ ਨੂੰ ਹੁਣ ਥੋੜਾ ਜਿਹਾ ਹੌਸਲਾ ਮਿਲ ਗਿਆ ਉਹਨਾਂ ਨੂੰ ਪਤਾ ਵੀ ਅਸੀਂ ਇਦਾਂ ਦਾ ਵੱਡਾ ਜਾਲ ਪਾਰ ਕਰਕੇ ਤੇ ਅਸੀਂ ਜੇਤੂ ਹੋ ਗਏ ਤਾਂ ਹੁਣ ਸਾਡੇ ਕੋਲ ਜਿਹੜੀਆਂ ਬਾਕੀ ਚੀਜ਼ਾਂ ਇਹ ਤੇ ਨਿੱਕੇ ਨਿੱਕੀਆਂ ਚੀਜ਼ਾਂ ਉਹਨਾਂ ਦੇ ਲਈ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਪੜੋਲ ਵੱਡਾ ਬਣਾਣਾ ਨਾ ਜਿੱਤੋ ਛਾਲ ਮਾਰ ਲਈ ਦਿੱਲੀ ਵੱਲ ਨੂੰ ਉਹ ਹੈਗੀ ਆ 2024 ਦੀ ਇਲੈਕਸ਼ਨ ਹੁਣ ਉਹਦੀਆਂ ਗੁੰਡਾਂ ਗੁੰਦੀਆਂ ਜਾ ਰਹੀਆਂ ਹਰ ਪਾਸੇ ਉਹਦੇ ਵਿੱਚ ਹੀ ਆ ਹੁਣ ਕਾਂਗਰਸ ਦੇ ਜਿਹੜੇ ਹਰੇ ਨੇ ਨੇਤਾ ਕਰਮਜੀਤ ਕੌਰ ਉਹਨਾਂ ਦਾ ਵੀ ਕੋਈ ਗੱਲਬਾਤ ਹੈਗੀ ਉਹਨਾਂ ਨੇ ਵੀ ਕਿਹਾ ਕਿ ਦਾ ਸਾਨੂੰ ਸਬਕ ਸਿੱਖਿਆ ਗਿਆ ਤੋਂ ਲੈਸਨ ਅਸੀਂ ਲੈ ਲਿਆ ਕਿ ਲੈਸਨ ਇਹ ਹੈਗਾ ਕਿ ਅਸੀਂ ਆਂਦੇ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਇਹਨਾਂ ਨੂੰ ਇਹ ਕੀਤਾ ਦੋਸ਼ ਪਾ ਲਾਇਆ ਦਿੱਤੇ ਕਿ ਇਹਨਾਂ ਨੇ ਕੀਤਾਗਾ ਕਿ ਪੰਚਾਇਤਾਂ ਸਾਡੇ ਵਿਰੁੱਧ ਕਰਦੀਆਂ ਉਹਨਾਂ ਦੇ ਕੇਸ ਦਾਇਰ ਕਰ ਦਿੱਤੇ ਮਸ਼ੀਨਰੀ ਜਿਹੜੀ ਗਵਰਨਮੈਂਟ ਦੀ ਸਾਡੇ ਅਗੇਂਸਟ ਵਰਤੀ ਗਈ ਹੈ ਪੈਸਾ ਵੀ ਦਿੱਤਾ ਗਿਆ ਸ਼ਰਾਬ ਵੀ ਵਰਤਾਈ ਗਈ ਹੈ ਬਹੁਤ ਕੁਝ ਕਿਹਾ ਉਹਨਾਂ ਨੇ ਹੁਣ ਉਹਨਾਂ ਨੂੰ ਇਹ ਬੰਦਾ ਪਿਛੇ ਵੀ ਤੁਹਾਡੇ ਹੱਥ ਵੜੇ ਤੁਸੀਂ ਕਰੋ ਸਾਰਾ ਕੁਝ ਜੋਇ ਕਰੀ ਜਾਂਦੇ ਆ ਤੁਸੀਂ ਵੀ ਕਿਹੜਾ ਨਹੀਂ ਕਰਦੇ ਰਏ ਤੁਹਾਨੂੰ ਇਦਾਂ ਤਾਂ ਨਹੀਂ ਮਿਲਦੀ ਰਹੀਆਂ ਸਾਰੇ ਪਾਸੇ ਇਹ ਪੰਜਾਬ ਦੀ ਇੱਕ ਪਰੰਪਰਾ ਹੈ ਅੰਦਰ ਖਾਤੇ ਪੈਸਾ ਵੀ ਚੱਲਦਾ ਅੰਦਰ ਖਾਤੇ ਪੈਸੇ ਨਾਲ ਅਹ दारू ਸਿੱਕਾ ਵੀ ਚੱਲਦਾ ਜਿਹੜੀ ਜਿਹੜੇ ਜੋ ਕੁਝ ਦਿੰਦੇ ਆ ਬਹੁਤ ਲੋਕਾਂ ਨੂੰ ਖੁਸ਼ ਰੱਖਣ ਲਈ ਸਾਰਾ ਕੁਝ ਦਿੰਦੇ ਆ ਉਹ ਵੋਟ ਪਾ ਦਿੰਦੇ ਆ ਇਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਨਬਜ਼ ਕਿਦੋਂ ਟਟੋਲਣੀ ਕੀ ਕਰਨਾਗਾ ਹੁਣ ਆਪ ਨੂੰ ਵੀ ਪਤਾ ਲੱਗਿਆ ਆਪ ਵੀ ਉਦਾਂ ਹੀ ਕਰਦੀ ਆ ਜਿਹੜਾ ਵੀ ਆ ਗਿਆ ਇਸ ਸੇ ਕੋਈ ਦੁੱਧ ਨਾਤਾ ਤਾਂ ਹੈ ਨਹੀਂ ਬਿਬੀ ਨੇ ਕਿਹਾ ਉਦਾਕ ਰੋਸ ਹੈਗਾ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਇਦ ਜਿੱਤ ਜਾਂਦੇ ਜੇਕਰ ਅਸੀਂ ਪੈਸਾ ਹੀ ਵੰਡਦੇ ਜੇਕਰ ਅਸੀਂ ਇਮਾਨਦਾਰ ਨਾ ਬਣਦੇ ਜੇ ਅਸੀਂ ਵੀ ਨਾ ਵਾਂਗੂ ਥੋੜੇ ਜਿਹਾ ਪ੍ਰੇਸ਼ਟ ਹੋ ਜਾਂਦੇ ਤਾਂ ਬੜਾ ਕੁਝ ਹੁੰਦਾ ਉਹਨਾਂ ਦਾ ਵੀ ਜਿਹੜਾ ਕਿਹਾ ਗੱਲ ਹੈਗੀ ਆ ਏਹੀ ਗੱਲ ਜਿਹੜੀ ਹੈਗੀ ਆ ਉਹ ਮਜੀਠਾ ਜੀ ਨੇ ਕਹੀ ਆ ਮਜੀਠਾ ਜੀ ਨੇ ਵੀ ਇਹੀ ਕਹੀ ਕਿ ਪੈਸਾ ਵਰਤਾਏਗਾ ਸਾਰਾ ਕੁਝ ਵਰਤਾਏਗਾ ਸਾਡੂ ਕੋ ਕਿਹੜਾ ਪੈਸਾ ਨਹੀਂ ਅਸੀਂ ਵਰਤੌਣਾ ਭੁੱਲ ਗਏ ਅਸੀਂ ਤਾਂ ਪਿੱਛੇ ਰਹਿ ਗਏ ਇਸ ਕਰਕੇ ਸਖਬੀਰ ਬਾਦਲੇ ਨੇ ਵੀ ਕਹੀ ਆ ਸਾਰੇ ਕਹਿੰਦੇ ਹੁਣ ਇਹਨੂੰ ਕਹਿੰਦੇ ਵੀ ਪਛਤਾਇਆ ਕੀ ਕਰੇ ਜਦ ਚਿੜੀਆਂ ਚੋਗੀ ਖੇਤ ਉਹਨਾਂ ਨੇ ਪੈਸਾ ਵਰਤਣਾ ਹੈ ਤੇ ਵੈਸੇ ਗਰੀਬਾਂ ਚ ਵਰਤਾ ਦੇਣਾ ਹਾਂ ਸਹੀ ਗੱਲ ਇਹ ਪੈਸਾ ਹੀ ਵਰਤਣਾ ਹੈ ਤੇ ਹੈਗਾ ਵਰਤਣ ਵਾਸਤੇ ਤੇ ਗਰੀਬ ਗੁਰਬੇ ਬਹੁਤ ਹੈ ਕਹਿੰਦੇ ਉਹਨਾਂ ਚ ਵਰਤਾ ਉਹ ਦੋ ਦੋ ਬੰਦਾਂ ਨੂੰ ਦੇਉ ਪੈਸਾ ਹੋ ਉਹ ਵੀ ਤਾਂ ਵੋਟ ਬੈਂਕ ਤੁਹਾਡਾ ਤਿਆਰ ਹੋ ਹੀ ਜਾਊਗਾ ਹਾਂ ਅਗਲੀਆਂ ਇਲੈਕਸ਼ਨਸ ਵਾਸਤੇ ਇਹ ਮਤਲਬ ਲਈ ਪੈਸਾ ਦਿੰਦੇ ਆ ਮਤਲਬ ਲਈ ਉਹਨਾਂ ਦੇ ਜੇ ਪਰ ਸਵਾਲ ਇਹ ਹੈ ਪੈਸਾ ਆਉਂਦਾ ਕਿੱਥੋਂ ਹੈ ਆਹੋ ਇਹ ਤਾਂ ਇਹ ਫੰਡ ਆਉਂਦੇ ਬਹੁਤ ਕੁਝ ਬਾਹਰੋਂ ਆ ਰਿਹਾ ਇੱਥੋਂ ਵੀ ਦੇ ਰਹੇ ਲੋਕ ਉਹਨੂੰ ਕੀ ਕਹਿੰਦੇ ਆ ਇਲੈਕਸ਼ਨ ਫੰਡ ਉਹਨੂੰ ਵਿਸ਼ਟ ਨਹੀਂ ਕਹਿੰਦੇ ਜਾਂ ਜੋ ਭ੍ਰਿਸ਼ਟਾਚਾਰ ਨਹੀਂ ਕ ਇਲੈਕਸ਼ਨ ਫੰਡਾ ਗੱਡੀਆਂ ਜਿੰਨੀਆਂ ਚੱਲ ਰਹੀਆਂ ਤੇਲ ਕੌਣ ਪਾਉਂਦਾ ਹੈ ਨਾ ਜਿੰਨੇ ਲੋਕ ਰੋਟੀ ਖਵਾਉਂਦੇ ਹੋਟਲਾਂ 'ਚ ਬੈਠੇ ਉਹ ਕਿੱਥੇ दारू ਕੌਣ ਪਿਆਉਂਦਾ ਪੈਸਾ ਕਿੱਥੋਂ ਆਉਂਦਾ ਉਹਨਾਂ ਕੋਲ ਆਉਂਦਾ ਜਿਹੜੇ ਨਾਲ ਲੋਕ ਚੱਲਦੇ ਆ ਜਿਹੜੇ ਫੰਡ ਫੰਡ ਵਹਾਈਆ ਕਰ ਰਹੇ ਆ ਉਹ ਲੋਕ ਦੇ ਰਹੇ ਇਹ ਹੋਰ ਇਹ ਇਹਨਾਂ ਦਾ ਵੀ ਪਾਰਟੀ ਦਾ ਹੈਡ ਖਰਚ ਰਿਹਾ ਉਹਨੂੰ ਪੈਸਾ ਆ ਰਿਹਾ ਜਿਨ੍ਹਾਂ ਨੇ ਕੰਮ ਲੈਣੇ ਆ ਜਿਨ੍ਹਾਂ ਨੇ ਬਾਅਦ 'ਚ ਉਹਨਾਂ ਨੂੰ ਕਹਿਣਾ ਉਹਨਾਂ ਦੀ ਉਂਗਲੀ ਮੋੜ ਕੇ ਇੱਕ ਗੱਲ ਕਰ ਅਜਮੀਨ ਮੇਰੇ ਨਾਂ ਤੇ ਕਰ ਦੇ ਆਹ ਪਲਾਟ ਮੇਰੇ ਨਾਂ ਤੇ ਕਰ ਦੇ ਆ ਬਿਲਡਿੰਗ ਆਮ ਪਈਏ ਮੇਰੇ ਨਾਂ ਤੇ ਕਰ ਦੇ ਇਹ ਗੱਲਾਂ ਹੋਣ ਇਹ ਉਹਨਾਂ ਨੇ ਦੇਣਾ ਹੈ ਉਹ ਕਿਸੇ ਮਤਲਬ ਵਾਸਤੇ ਦੇ ਦੇਣਾ ਜਿਹੜਾ ਹੁਣ ਜਿਹੜਾ ਪੁਲਿਸ ਅਫਸਰ ਆ ਜਦੋਂ ਪੈਸਾ ਦੇ ਕੇ ਅਫਸਰ ਬਣਦਾ ਤੇ ਮੁੜ ਕੇ ਲੋਕਾਂ ਨੂੰ ਕੁੱਟ-ਕੁੱਟ ਕੇ ਪੈਸਾ ਆਪਣੀ ਜੇਬਾਂ ਭਰਦਾ ਉਹਨੇ ਉਹਨੇ 40 ਲੱਖ ਲਿਆ ਹੁੰਦਾ ਨਾਲ ਮੋੜਨਾ ਤਾਂ ਹੈ ਹੀ ਆ ਉਹ 40 ਦਾ ਮੁੜ ਕੇ 70 ਲੱਖ ਬਣਾ ਕੇ ਰਾਮਨਾਥ ਸੌ ਜਾਂਦਾ ਹੁੰਦਾ ਵੀ ਆ ਮੈਂ ਪੈਸਾ ਦਿੱਤਾ ਮੈਂ ਲੈਣਾ ਇਹ ਭ੍ਰਿਸ਼ਟ ਕੰਮ ਹੁੰਦਾ ਇਹ ਗੱਲ ਹੈ ਜੀ ਬਿਲਕੁਲ ਕੋਈ ਨਖਾਰ ਨਹੀਂ ਸਕਦਾ ਹਾਂ ਬਿਲਕੁਲ ਤੇ ਜਿਹੜਾ ਉਹ ਗਰੀਬ ਆਦਮੀ ਆ ਬੈਠਾ ਦਿੱਖੀ ਜਾਂਦਾ ਉਹ ਤਾਂ ਉਹ ਗੱਲ ਸਹੀ ਤਾਂ ਉਹ ਦੇਖਦਾ ਗਰੀਬ ਵੱਡੇ ਲੋਕਾਂ ਦੀਆਂ ਵੱਡੀਆਂ ਖੇਡਾਂ ਨੇ ਚੱਲਦੀਆਂ ਪਈਆਂ ਹਾਂ ਵੱਡੇ ਲੋਕ ਵੱਡੇ ਸਰਾਨੇ ਬਸ ਉਹੀ ਹੈ ਛੋਟੇ ਲੋਕਾਂ ਕੋਲ ਸਰਾਨੇ ਵੀ ਨਹੀਂ ਹੈਗੇ ਨਾ ਬਿਲਕੁਲ ਜਿਹੜੀ ਉਧਰ ਚਲੋ ਦੇਖੋ ਜੋ ਹੈ ਸਤਨਾਜਾ ਹੂੰ ਹੂੰ ਵੱਡਾ ਸਤਨਾਜਾ ਚੱਲੀ ਜਾਂਦਾ ਅੱਗੇ ਇਹੀ ਗੱਲ ਹੈ ਚਲੋ ਅੱਗੇ ਗੱਲ ਕਰੀਏ ਜੀ ਅੱਗੇ ਗੱਲ ਇਹ ਹੈ ਜੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ 2024 ਦੀ ਉਹਦਾ ਵਿਰੋਧ ਕਰਾਂਗੇ ਇਹ ਇੱਕ ਹੀ ਗੱਲ ਹੈ ਹਾਂ ਪਹਿਲਾਂ ਤਾਂ ਐਸੀ ਹੋ ਜਦੋਂ ਹੁਣ ਜਿਮਨੀ ਚੋਣਾਂ ਹੋਈਆਂ ਉਹਨਾਂ ਨੇ ਆਪਣੀ ਗੱਡੀ ਚ ਖਲੋ ਕੇ ਬਾਸ਼ਮੀ ਦਿੱਤਾ ਲੋਕਾਂ ਨੂੰ ਕਿਹਾ ਵੀ ਕਿਰ ਦੇਖ ਲਓ ਮੇਰੇ بیٹے ਦੀ ਏਡੀ ਵਿਡੀ ਤਰਾਸਦੀ ਹੋਈ ਆ ਮੇਰਾ ਘਰ ਉਜੜ ਗਿਆ ਵਾ ਔਰ ਇਸ ਸਰਕਾਰ ਦੇ ਕਾਨੂੰਨ ਤੋਂ ਜੂਨੀ ਸਰਕੀ ਅਜੇ ਤੱਕ ਕੁਝ ਨਹੀਂ ਕੀਤਾ ਇੱਕ ਸਾਲ ਹੋ ਗਿਆ ਔਰ ਚਿੱਟੇ ਦਿਨ ਦੇ ਵਿੱਚ ਯੋਨ ਗੋਲੀਆਂ ਨਾਲ ਪੁੰਨ ਕੇ ਮੇਰਾ ਬੇਟਾ ਪੂਰੇ ਦਾ ਪੂਰਾ ਖਤਮ ਕਰ ਦਿੱਤਾ ਉੱਤੇ ਅਸੀਂ ਉਹਨੂੰ ਹਸਪੀਟਲ ਲਿਜਾਣ ਤੱਕ ਵੀ ਨਹੀਂ ਜਾ ਸਕੇ ਔਰ ਇੰਨਾ ਵੱਡਾ ਹਮਲਾ ਹੋਇਆ ਉਹਨਾਂ ਨੇ ਆਪਣੇ ਪਾਸ਼ਣ ਚ ਆਪਣੇ ਜਿਹੜੀ ਉਹਨਾਂ ਦਾ ਦੁੱਖ ਸੀ ਪ੍ਰਗਟਾਇਆ ਬਹੁਤ ਕੁਝ ਲੋਕਾਂ ਨੂੰ ਕਿਹਾ ਪਰ ਜੋ ਲੋਕਾਂ ਨੇ ਸੋਚਿਆ ਜਿਨ੍ਹਾਂ ਨੇ ਗੱਲ ਉਹਨਾਂ ਦੀ ਸੁਣ ਲਈ ਉਹ ਸ਼ਾਇਦ ਨਾ ਪਾਈ ਹੋਗੀ ਪਰ ਬਹੁਤ ਬਹੁਤ ਮਤ ਜਿਹੜਾ ਵੋਟਾਂ ਵਾਲੇ ਪਾਸੇ ਆ ਗਿਆ ਕਿਉਂਕਿ 58000 ਸਮਥਿੰਗ ਕੁਝ ਵੋਟ ਆ ਉਹ ਤਾਂ ਵੀ ਅੱਗੇ ਨਿਕਲ ਗਿਆ ਸੀ ਜੇ ਦੀ ਲੀਡ ਟੁੱਟੀ ਨਹੀਂ ਸ਼ਸ਼ੀਰ ਰਿੰਕੂ ਦੀ ਲੀਡ ਤੇ ਲੀਡ ਚੱਲਦੀ ਰਹੀ ਔਰ ਉਹਨਾਂ ਨੇ ਵਿਚਾਰਿਆਂ ਨੇ ਆਪਣੀ ਤਾਂ ਫਰਿਆਦ ਕਰਨੀ ਸ਼ੁਰੂ ਕਰ ਅਗੇ ਪਰ ਹੁਣ ਉਹਨਾਂ ਦਾ ਇੱਕ ਦੂਜਾ ਜਿਹੜਾ ਬਿਆਨ ਆ ਦੂਜੀ ਸਟੇਟਮੈਂਟ ਆ ਕਿ ਮੈਂ ਜੇ ਤੱਕ ਉਸੇ ਤਰ੍ਹਾਂ ਦੁਖੀ ਆ ਮੈਨੂੰ ਇਹਦੇ ਨਾਲ ਦੁੱਖ ਪ੍ਰਗਟਾਇਆ ਮੈਂ ਕਿ ਜੀ ਆਪ ਜਿੱਤ ਗਿਆ ਮੈਨੂੰ ਉਹਦੀ ਕੋਈ ਖੁਸ਼ੀ ਨਹੀਂ ਮੇਰੇ ਅੰਦਰ ਉਸੇ ਤਰ੍ਹਾਂ ਦੁੱਖ ਭਰਿਆ ਪਿਆ ਮੈਂ ਅੱਗੇ ਵੀ ਆਉਣ ਵਾਲੀਆਂ 2024 ਦੀਆਂ ਇਲੈਕਸ਼ਨ ਦੇ ਵਿੱਚ ਉਸੇ ਤਰ੍ਹਾਂ ਉਹਦਾ ਪ੍ਰੋਪਗੈਂਡਾ ਕਰੂੰਗਾ ਉਸੇ ਤਰ੍ਹਾਂ ਇਹਨਾਂ ਦੀ ਅਗੇਂਸਟ ਪਾਟਨ ਦਊਗਾ ਮੈਂ ਚਾਹੁੰਦਾ ਕਿ 2024 ਦੀਆਂ ਵੋਟਾਂ ਵਿੱਚ ਇਹ ਕਹਿੰਦੇ ਜੇਤੂ ਨਾ ਹੋ ਜਾਣ ਉਹ ਹੁਣ ਤੋਂ ਉਹਨਾਂ ਨੇ ਕਹਿ ਦਿੱਤਾ ਕਿਉਂਕਿ ਉਹਦੇ ਅੰਦਰ ਗੁੱਸਾ ਬੋਲਦਾ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਜਿਹੜਾ ਤਰਾਸਦੀ ਆ ਉਹ ਬੋਲਦੀ ਆ ਜੋ ਉਹਨਾਂ ਦੇ ਲਈ ਰੋਤਾ ਨਾਲ ਮੁੰਡੇ ਕਰ ਗਿਆ ਕਿਹੜੇ ਮੁੰਡੇ ਕੌਣ ਨਹੀਂ ਉਹਦੇ ਅੰਦੀ ਤੱਕ ਉਹਨਾਂ ਨੂੰ ਹੱਥ ਨਹੀਂ ਪਾਇਆ ਗਿਆ ਔਰ ਦੋ ਮੁੰਡੇ ਜਿਹੜੇ ਮਾਰ ਦਿੱਤੇ ਜੋੜਾ ਦੋ ਔਰ ਹੋਰ ਮੁੰਡਾ ਸੀਗਾ ਉਹਨਾਂ ਨੂੰ ਦਿਨ ਦਿਹਾੜੇ ਮਾਰ ਕੇ ਗੋਲੀਆਂ ਨਾਲ ਪੁੱਣ ਦਿੱਤਾ ਔਰ ਬਿਸ਼ਨੋਈ ਜਿਹੜਾ ਉੱਥੋਂ ਚੱਕ ਲਿਆਦਾ ਦਿੱਲੀ ਤੋਂ ਤਿਹਾਰ ਜੇਲ੍ਹ ਤੋਂ ਉਹਦੀ ਵੀਡੀਓ ਇੰਨੀ ਬਣਾਈਆਂ ਸੜਕ ਤੇ ਚਲ ਦੇ ਦੀ ਇਹਨਾਂ ਕੁਝ ਪੈਸਾ ਖਰਚਿਆ ਕਾਨਵਾਈ ਪੂਰੀ ਆ ਰਹੀ ਹੈ ਪ੍ਰਾਇਮਿੰਿਸਟਰ ਨਾਲ ਵੀ ਇਨੀ ਪੁਲਿਸ ਨਹੀਂ ਹੁੰਦੀ ਜਿੱਦ ਨਾਲ ਉਹਨੂੰ ਲੈ ਕੇ ਜਾਂਦਾ ਉਹ ਪੈਸਾ ਜਿਹੜਾ ਅੰਜਾਇਂ ਗਿਆ ਔਰ ਉਹਨੂੰ ਲੈ ਕੇ ਮਾਨਸਾ ਲੈਂਦਾ ਮਾਨਸਾ ਸੀਆਜੀ ਸਟਾਫ ਦੇ ਵਿੱਚ ਲੈਂਦਾ ਔਰ ਦੂਜਾ ਇੱਕ ਮੁੰਡਾ ਸੀ ਹੋਰ ਉੱਥੇ ਉਹ ਉੱਥੋਂ ਪੁਲਿਸ ਤੋਂ ਵੀ ਦੌੜ ਗਿਆ ਲੱਭਾਈ ਨਹੀਂ ਮੁੜ ਕੇ ਦੁਬਾਰਾ ਜਦੋਂ ਸੀਆਜੀ ਸਟਾਫ ਦੇ ਵਿੱਚ ਸੀਗਾ ਇੱਕ ਪੁਲਿਸ ਆਫੀਸਰ ਦਾ ਵੀ ਨਾਂ ਲੱਗਾ ਸੀਗਾ ਔਰ ਵਿੱਚ ਪੁਲਿਸ ਦੀਆਂ ਗਣੀ ਮਥੀਆਂ ਚਾਲਾਂ ਹੁੰਦੀਆਂ ਵਿੱਚ ਉਹਨਾਂ ਦੀਆਂ ਗੁੰਦਾਂ ਹੁੰਦੀਆਂ ਹੁਣ ਤੇ ਰੋ ਕੌਣ ਰਿਹਾ ਸਿੱਧੂ ਮੂਸੇਵਾਲੇ ਦੇ ਮਾਂ ਵੀ ਉਹ ਐਸਾ ਰੋ ਰਿਹਾ ਉਹਨਾਂ ਨੂੰ ਕਿਸੇ ਨਾਲ ਇਹ ਨਹੀਂ ਕੋਈ ਐਮਪੀ ਬਣ ਗਿਆ ਕੋਈ ਐਮਐਲਏ ਬਣ ਗਿਆ ਜਾਂ ਉਹਨਾਂ ਦਾ ਦੁੱਖ ਬਹੁਤ ਵੱਡਾ ਦੁੱਖ ਆ ਜਿਹੜਾ ਵੰਡਾਇਆ ਨਹੀਂ ਜਾ ਸਕਦਾ ਸਾਰਿਆਂ ਨੂੰ ਇਹਦੇ ਨਾਲ ਦੁੱਖ ਤਾਂ ਹੈ ਪਰ ਉਹਦੇ ਵਿੱਚ ਜਿੱਥੇ ਰਾਜਨੀਤੀ ਆਵੜਦੀ ਹੈ ਉੱਥੇ ਸਾਰਾ ਕੁਝ ਲੋਕ ਭੁੱਲ ਗਏ ਆ ਵੋਟਾਂ ਵਾਲੇ ਪਾਸੇ ਉਧਰ ਆ ਜਾਂਦੇ ਆ ਉਹ ਗੱਲ ਚੱਲ ਪਈ ਦੁਖੀ ਤਾਂ ਮਾਂ ਪਿਓ ਆ ਦੁਖੀ ਰਹਿਣੇ ਵਿਚਾਰੇ ਔਰ ਜੇ ਐਸੀ ਗੱਲ ਨੂੰ ਅੱਗੇ ਤੋਰੀਏ ਤਾਂ ਆਮ ਲੋਕਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਸਹੀ ਗੱਲ ਕੌਣ ਪ੍ਰਧਾਨ ਮੰਤਰੀ ਬਣਦਾ ਹੈ ਤੇ ਕੌਣ ਮੁੱਖ ਮੰਤਰੀ ਬਣਦਾ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਰੋਟੀ ਮਿਲਣੀ ਚਾਹੀਦੀ ਹੈ ਹਾਂ ਉਹਨਾਂ ਜਾਰੀ ਕਰਨੀ ਹੈ ਕੰਮ ਕਰਨਾ ਰੋਟੀ ਖਾਣਾ ਕੰਮ ਕਰਨਾ ਰੋਟੀ ਖਾਣੀ ਹੈ ਕੰਮ ਮਿਲਣਾ ਚਾਹੀਦਾ ਹੈ ਰੋਟੀ ਮਿਲਣੀ ਚਾਹੀਦੀ ਹੈ ਕੋਈ ਆਵੇ ਕੋਈ ਜਾਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਵੱਡੇ ਲੋਕਾਂ ਦੀਆਂ ਖੇਡਾਂ ਨੇ ਜਿਨ੍ਹਾਂ ਨੇ ਸਿਲੰਡਰ ਚ ਚੈਨ ਲੈਣਾ ਦਿਹਾੜੀਆਂ ਕਰਕੇ 300 ਦੀ 350 ਦੀਹਾੜੀ ਵਿਚਾਰੇ ਲਿਆਉਣਗੇ ਦੁੱਧ ਜਿਹੜਾ ਦੁੱਧ ਇੰਨਾ ਮਹਿੰਗਾ ਹੈ ਨਾ 40 ਰੁਪਏ ਕਿਲੋ ਚੀਨੀ 40 ਰੁਪਏ ਕਿਲੋ 60 70 ਰੁਪਏ ਕਿਲੋ ਨਹੀਂ 40 ਰੁਪਏ ਚੀਨੀ ਹੈ 60 ਰੁਪਏ ਕਿਲੋ ਦੁੱਧ ਬਿਲਕੁਲ ਬਹੁਤ ਜ਼ਿਆਦਾ ਉਹ ਤਾਂ ਵਿਚਾਰੇ ਖਾ ਨਹੀਂ ਸਕਦੇ ਫਰੂਟ ਲੈ ਆ ਨਹੀਂ ਸਕਦੇ ਉਹਨਾਂ ਲੋਕਾਂ ਦੀ ਵੀ ਬਹੁਤ ਵੱਡੀ ਬਹੁਤ ਵੱਡੀ ਤਰਸਦੀ ਉਹਨਾਂ ਨੇ ਕੀ ਲੈਣਾ ਦੇਣਾ ਕੌਣ ਬਣੇ ਨਾ ਬਣੇ ਇਹ ਵੱਡੇ ਲੋਕਾਂ ਦੀਆਂ ਗੇਮਸ ਨੇ ਜਿਨ੍ਹਾਂ ਨੇ ਪਾਲਿਸੀਆਂ ਬਣਵਾਉਣੀਆਂ ਨੇ ਆਪਣੀਆਂ ਬਿਜ਼ਨਸ ਪਾਲਿਸੀਆਂ ਬਣਵਾਉਣੀਆਂ ਨੇ ਆਪਣੇ ਹੱਕੇ ਚ ਬਣਵਾਉਣੀਆਂ ਨੇ ਆਪ ਪੈਸਾ ਲੈਣਾ ਲਾਹਾ ਲੈਣਾ ਪੈਸਾ ਦਿੰਦੇ ਨੇ ਪੈਸਾ ਕਮਾਉਂਦੇ ਨੇ ਪੈਸਾ ਪੈਸੇ ਨੂੰ ਖਿੱਚਦੇ ਨੇ ਤੇ ਵੱਡੀਆਂ ਗੇਮਸ ਨੇ ਮੈਂ ਇਹ ਗੱਲ ਕਹਿੰਦਾ ਕਿ ਜਿੰਨਾਂ ਲੋਕਾਂ ਵਾਸਤੇ ਜਿੰਨਾਂ ਲੋਕਾਂ ਦੇ ਸਿਰ ਦੇ ਉੱਤੇ ਇਹ ਬਣਦੇ ਨੇ ਉਹਨਾਂ ਲੋਕਾਂ ਵਾਸਤੇ ਕੀ ਹੈ ਕਿਉਂਕਿ ਜ਼ਿਆਦਾ ਵੋਟ ਬੈਂਕ ਤੇ ਗਰੀਬ ਗੁਰਬਿਆਂ ਦਾ ਹੀ ਹੈ ਨਹੀਂ ਸਹੀ ਗੱਲ ਲੀਡ ਕਲਾਸ ਤੱਕ ਕਿੰਨਾ ਕੁ ਹੋਏਗਾ ਨਾ ਉਹ ਤਾਂ ਕਈ ਪਾਉਣ ਹੀ ਨਹੀਂ ਜਾਂਦੇ ਵੱਡੇ ਅਮੀਰ ਲੋਕ ਤਾਂ ਨਿਕਲਦੇ ਹੀ ਨਹੀਂ ਸੋ ਇਹ ਸਭ ਜੀਸਾ ਧਿਆਨ ਦੇਣੀਆਂ ਚਾਹੀਦੀਆਂ ਨੇ ਕਿ ਜਿਹੜੇ ਅਸਲੀ ਲੋਕ ਨੇ ਅਸਲੀ ਵੋਟਰ ਨੇ ਉਹਨਾਂ ਤੱਕ ਫਾਇਦਾ ਪਹੁੰਚਦਾ ਪਿਆ ਕਿ ਨਹੀਂ ਪਹੁੰਚਦਾ ਪਿਆ ਔਰ ਆਮ ਲੋਕਾਂ ਨੂੰ ਇਨਸਾਫ ਮਿਲਦਾ ਪਿਆ ਕਿ ਨਹੀਂ ਮਿਲਦਾ ਪਿਆ ਬਲਕੌਰ ਸਿੰਘ ਜੀ ਨੂੰ ਕਦੋਂ ਇਨਸਾਫ ਮਿਲਣਾ ਇਹ ਗੱਲ ਸੋਚਣ ਵਾਲੀ ਹੈ ਜੀ ਆਪਾਂ ਅੱਗੇ ਵਧੀਏ ਹੂੰ ਅਕਰਨਾਟਕਾ ਵਿੱਚ ਕਾਂਗਰਸ ਜਿੱਤਣ ਮਗਰੋਂ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਖੜਕੇ ਸਾਹਿਬ ਨੂੰ ਦਿੱਤਾ ਗਿਆ ਹਾਂ ਉਹਨਾਂ ਨੇ ਉੱਥੇ ਦਿੱਲੀ ਜਿਹੜੇ ਕਮਿੰਗ ਮੁੱਖ ਮੰਤਰੀਆ ਉਹ ਸੇ ਪਾਰਟੀ ਦੇ ਕਾਂਗਰਸ ਦੇ ਉਹਨਾਂ ਨੇ ਬੁਲਾ ਲਏ ਉੱਥੇ ਜਦੋਂ ਵੀ ਆ ਜਿੱਥੇ ਵੀ ਆ ਉੱਥੇ ਤਾਂ ਭਾਜਪਾ ਜਿਹੜੀ ਮੇਜਰ ਪਾਰਟੀਆਂ ਤੇ ਕਾਂਗਰਸ ਦਾ ਆਪਸੀ ਟੱਕਰ ਸੀਗੀ ਉੱਥੇ ਜਿਹੜੀ ਆ ਜੇਤੂ ਕਾਂਗਰਸ ਰਹੀ ਕਰਨਾਟਕ ਦੇ ਵਿੱਚ ਇਹ ਫਿਰ ਫਾੜੀ ਬਣ ਗਈ ਉਹ ਮੋਰੀ ਬਣ ਗਏ ਔਰ ਉਸ ਤੋਂ ਬਾਅਦ ਕਾਂਗਰਸ ਜਿਹੜੀ ਜੇਤੂ ਤੋਂ ਬਾਅਦ ਖੜ ਕੇ ਸਭ ਨੇ ਆਪਣੇ ਕੋਲ ਲਈ ਕਮਾਂਡ ਉਹਨਾਂ ਨੇ ਕਹਿਤਾ ਕਿ ਆ ਜਿਹੜੇ ਆ ਦੋਨੂੰ ਬੁਲਾ ਲਿਆ ਉਹਨਾਂ ਨੇ ਦੋਹਾਂ ਦੇ ਵਿੱਚੋਂ ਕੋਈ ਇੱਕ ਜਿਹੜਾ ਮੁੱਖ ਮੰਤਰੀ ਹੋਊਗਾ ਔਰ ਉਸ ਤੋਂ ਬਾਅਦ ਜਿਹੜਾ ਡਿਕਲੇਅਰ ਕਰ ਦਿੱਤਾ ਜਾਊਗਾ ਪਰ ਜਿੱਥੇ ਜਿੱਥੇ ਭਾਜਪੀ ਨੇ ਪਹਿਲੋਂ ਉੱਥੇ ਰਾਜ ਕੀਤਾ ਭਾਜਪੀ ਦੀ ਸਰਕਾਰ ਰਹੀ ਐ ਔਰ ਉਹਦੇ ਵਿੱਚ ਕੁਝ ਊਣਤਾਈਆਂ ਰਹਿ ਲੋ ਕਹਿ ਲੋ ਜਾਂ ਕੁਝ ਚੀਜ਼ਾਂ ਨਹੀਂ ਜਿਹੜੀਆਂ ਲੋਕਾਂ ਨੂੰ ਨਹੀਂ ਚੰਗੀਆਂ ਲੱਗੀਆਂ ਲੋਕਾਂ ਨੇ ਸਫਾਇਆ ਕਰ ਦਿੱਤਾ ਔਰ ਉੱਥੇ ਜਿਹੜੀ ਪਾਰਟੀ ਆ ਜੇਤੂ ਕਾਂਗਰਸ ਰਹੀ ਆਪ ਤਾਂ ਉੱਥੇ ਹੈ ਹੀ ਨਹੀਂ ਜਿਹੜੀ ਜਿੱਥੇ ਵੀ ਹੈ ਹੈਗੀ ਜਾਂ ਜੇ ਹੋਈ ਵੀ ਤੇ ਨਾ ਹੋਈ ਵਰਗੀ ਆ ਮਿਸਰ ਪਾਰਟੀਆਂ ਦੋਸੀਆ ਜਿੱਦਾਂ ਪੰਜਾਬ ਵਿੱਚ ਵੀ ਆਪ ਤੇ ਟੱਕਰ ਹੀ ਕਾਂਗਰਸ ਦੀ ਉਥੇ ਕਾਂਗਰਸ ਜਿੱਤੇ ਰੂ ਹੀ ਇੱਥੇ ਕਾਂਗਰਸ ਹਾਰ ਗਈ ਔਰ ਉਹ ਜਿਹੜੀ ਵੀ ਕਾਂਗਰਸ ਜਿੱਤੇ ਇੱਥੇ ਹੈਗੀ ਆ ਉਥੇ-ਉਥੇ ਜਿਹੜੀ ਉਹਨਾਂ ਦੀ ਚੰਗੀ ਮੋਨੋਪੋਲੀ ਆ ਚੰਗਾ ਕੁਝ ਕੀਤਾ ਕੰਮ ਕਿਉਂਕਿ ਨੈਸ਼ਨਲ ਪਾਰਟੀ ਆ ਪਰ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਥੋੜੀ ਜੀ ਜਿਹੜੀ ਹੈਗੀ ਲੋਕਾਂ ਤੱਕ ਨਹੀਂ ਗੱਲ ਪਹੁੰਚੀ ਕਿ ਲੀਡਰ ਜਿਹੜੀ ਹੈਗੇ ਆ ਉਹ ਖਾਸ ਤੌਰ ਤੇ ਅੱਗੇ ਨਹੀਂ ਆਉਂਦੇ ਔਰ ਉਹਦਾ ਕਰਕੇ ਪਾਰਟੀ ਥੋੜੀ-ਥੋੜੀ ਦਿੱਲੀ ਦੀ ਹਾਈ ਕਮਾਂਡ ਕਮਜ਼ੋਰ ਹੋ ਰਹੀ ਆ ਪਰ ਕੁਝ ਪਾਰਟੀਆਂ ਜਿਹੜੀਆਂ ਸੂਬਾ ਪਾਰਟੀਆਂ ਤੇ ਬਣ ਰਹੀਆਂ ਪਰ ਅਗਲੇ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਪੂਰਾ ਜ਼ੋਰ ਲਾਉਣਾ ਪੈਣਾ ਜੇ ਆਪਣਾ ਉਹਨਾਂ ਨੇ ਅੱਗੇ ਆਉਣਾ ਹੋਰ ਪਾਰਟੀ ਤਾਂ ਖਣਾ ਜੀ ਕੋਈ ਆ ਨਹੀਂ ਸਕਦੀ ਜੇ ਅੱਜ ਤਾਂ ਕਾਂਗਰਸ ਹੀ ਆਉਣੀ ਹੈ ਤੇ ਕਾਂਗਰਸ ਨੂੰ ਦੇ ਲਈ ਇਹਨਾਂ ਨੇ ਭਾਜਪਾ ਨੇ ਬਹੁਤ ਕੇਸ ਕੀਤੇ ਇਹਨਾਂ ਤੇ ਰੋਲ ਗਾਂਧੀ ਦਾ ਕਰਤਾ ਸਫਾਇਆ ਇਹਨਾਂ ਨੇ ਇੱਕ ਪਾਸੇ ਕਰਤਾ ਉਹ ਤਾਂ ਹੁਣ ਉੱਠਣ ਜੋਗਾ ਨਹੀਂ ਕਿਸੇ ਪਾਸੇ ਇਲੈਕਸ਼ਨ ਤੱਕ ਆਉਣ ਤੱਕ ਉਹਨੂੰ ਹੌਸ਼ ਆਉਣੀ ਔਖੀ ਹੋਊ ਕਿਉਂਕਿ ਇਸ ਵੇਲੇ ਤਾਂ ਉਹਦੀ ਐਮਪੀ ਵਾਲਾ ਉਹ ਵੀ ਪਦਵੀ ਛੁੱਟ ਗਈ ਉਹਦਾ ਘਰ ਵੀ ਛੁੱਟਿਆ ਗਿਆ ਸਾਰਾ ਕੁਝ ਹੋ ਗਿਆ ਖੜਕੇ ਸਾਹਿਬ ਪ੍ਰਧਾਨ ਨੇ ਔਰ ਉਹਨਾਂ ਨੇ ਹੁਣ ਡਿਸਾਈਡ ਕੀਤਾ ਕਿ ਅਗਲਾ ਮੁੱਖ ਮੰਤਰੀ ਕੌਣ ਬਣੂਗਾ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹਦੇ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਪੰਜਾਬ ਦੇ ਇਲੈਕਸ਼ਨ ਦੇ ਨਾਲ ਹੀ ਆਇਆ ਵੋਟਾਂ ਵੀ ਉਸੇ ਦਿਨ ਪਈਆਂ ਔਰ ਸਾਰੇ ਪਾਸੇ ਇਹੋ ਹੀ ਸੀ ਕਿ ਔਰ ਸਭ ਤੋਂ ਵੱਡੀ ਗੱਲ ਐਗਜ਼ੈਕਟ ਪੋਲ ਜਿਹੜਾ ਹੈਗਾ ਐਗਜ਼ੈਕਟ ਪੋਲ ਨੇ ਸਾਰਾ ਕੁਝ ਪਹਿਲਾਂ ਕਿਹਾ ਸੀ ਕਿ ਕਾਂਗਰਸ ਵਿਲ ਬੀ ਜੇਤੂ ਜਿਹੜੀ ਕਾਂਗਰਸ ਆ ਵਨਰ ਹੋਗੀ ਔਰ ਬਕਾਇਦਾ ਉਸੇ ਤਰ੍ਹਾਂ ਰਹੀ ਇਸੇ ਤਰ੍ਹਾਂ ਹੀ ਉਹਨਾਂ ਨੇ ਜਿੰਨوں ਕੀਤੇ ਬਹੁਤ ਕੰਪਨੀਆਂ ਨੇ ਔਰ ਜਿਵੇਂ ਦੇਖਿਓ 2024 ਦੇ ਵਿੱਚ ਕਿੰਨੀਆਂ ਕੰਪਨੀਆਂ ਅੱਗੇ ਆਉਣਗੀਆਂ ਐਸੀ ਰਿਪੋਰਟ ਕਰਨ ਵਾਲੀਆਂ ਬਹੁਤ ਦਾ ਸੋ ਵੈਸੇ ਇੱਕ ਚੀਜ਼ ਹੈ ਕਿ ਦੋਵਾਂ ਥਾਂ ਦੇ ਉੱਤੇ ਚਾਹੇ ਪੰਜਾਬ ਹੈ ਜਲੰਧਰ ਦੀ ਜ਼ਮੀਨੀ ਚ ਹੋਣਾ ਚਾਹੇ ਕਰਨਾਟਕ ਹੈ ਦੋਵੇਂ ਥਾਂ ਦੇ ਉੱਤੇ ਭਾਜਪਾ ਨੂੰ ਨਹੀਂ ਮਿਲਿਆ ਆ ਨਹੀਂ ਵੀ ਨਹੀਂ ਹਾਸਲ ਨਹੀਂ ਮਿਲੇ ਸਹੀ ਗੱਲ ਹਾਲਾਂਕਿ ਕਹਿੰਦੇ ਨੇ ਕਿ ਸਾਡੀਆਂ ਵੋਟਸ ਕੁਝ ਵਧੀਆਂ ਨੇ ਬਟ ਨਹੀਂ ਹਾਸਲ ਹੋਇਆ ਹੁਣ ਇਹ 2024 ਦੀ ਜਿਹੜੇ ਕੇਂਦਰ ਤੇ ਸੂਬਿਆਂ ਚ ਚੇਕ ਨਹੀਂ ਹੈਗੀ 2024 ਦੇ ਇਲੈਕਸ਼ਨਸ ਵਾਸਤੇ ਬਹੁਤ ਚੈਲੰਜ ਰਹਿਣਾ ਹੈ ਬੀਜੇਪੀ ਵਾਸਤੇ ਬਹੁਤ ਵੱਡਾ ਚੈਲੰਜ ਹੈ ਬਿਲਕੁਲ ਸੋ ਆਪਾਂ ਅੱਗੇ ਵਧਦੇ ਹਾਂ ਜੀ ਅੱਗੇ ਅਕਾਲੀ ਦਲ ਕਹਿ ਰਹੇ ਨੇ ਕਿ ਮੰਥਨ ਕਰਨਾ ਚਾਹੀਦਾ ਇਹਨਾਂ ਨੂੰ ਵੀ ਗੁਰਪ੍ਰਤਾ ਬਡਾਲਾ ਜੀ ਕਹਿ ਰਹੇ ਨੇ ਮੰਥਨ ਕਰਨ ਦੀ ਲੋੜ ਹੈ ਇੱਕ ਬੜੀ ਦੇਰ ਤੋਂ ਮੰਥਨ ਮੰਥਨ ਕਰੀ ਜਾ ਰਿਹਾ ਨੇ 2022 ਦੀਆਂ ਇਲੈਕਸ਼ਨਸ ਜਦੋਂ ਦਾ ਰਿਜ਼ਲਟ ਆਇਆ ਉਦੋਂ ਦਾ ਮੰਥਨ ਕਰਦੇ ਪਏ ਨੇ ਇਹ ਗੱਲਾਂ ਹੀ ਕਰੀ ਜਾਣੀਆਂ ਮੰਥਨ ਕਰਨ ਦੀ ਲੋੜ ਹੈ ਕਿ ਮੰਥਨ ਕਰਨਾ ਵੀ ਹੈ ਕਿਉਂਕਿ ਇੱਕ ਤਾਂ ਨਵਾਂ ਰੂਲ ਆ ਜਾਂਦਾ ਹੈ ਕਿ ਜਿਹੜੇ ਚੀਫ ਨੇ ਉਹ ਚੀਫ ਕੌਣ ਰਹਿਣਗੇ ਉਹ ਸੁਖਬੀਰ ਬਾਜੀ ਰਹਿਣਗੇ ਇਹ ਵੀ ਗੱਲਾਂ ਨਾਲ ਆ ਜਾਂਦੀਆਂ ਨੇ ਸੋ ਕਿਉਂਕਿ ਬਾਜੀ ਅਸੀਂ ਤਾਂ ਕਹਿੰਦੇ ਨਾ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਹੈ ਸਾਡੀ origignal ਪਾਰਟੀ ਹੈ ਸਾਡੇ ਆਪਣੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਤਾਂ ਹੀ ਅਸੀਂ ਕਹਿੰਦੇ ਆ ਕਿ ਮੰਥਨ ਕਰੋ ਇਹ ਮੰਥਨ ਕਹੀ ਜਾਂਦੇ ਨੇ ਕਰਨਾ ਕਦੋਂ ਹੈ ਇਹ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹ ਮੌਜੂਦਾ ਨਕੂਦਰ ਤੋਂ ਐਮਐਲਏ ਆਰ ਇਹਨਾਂ ਦੇ ਫਾਦਰ ਕੁਲਦੀਪ ਸਿੰਘ ਵਡਾਲਾ ਬੜੇ ਅੱਛੇ ਆਗੂ ਰਹੇ ਆ ਅਕਾਲੀ ਦਲ ਦੇ ਬਾਦਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਹੇ ਆ ਔਰ ਇਹਨਾਂ ਦਾ ਬਹੁਤ ਵੱਡਾ ਨਾਮ ਅਕਾਲੀ ਦਲ ਚ ਔਰ ਇਹਨਾਂ ਨੂੰ ਇਹ ਗੱਲ ਥੋੜੀ ਜਿਹੀ ਚੁਭੀ ਆ ਹਰਨ ਦੀ ਇਹਨਾਂ ਨੇ ਕਿਹਾ ਤਾਂ ਕਿ ਅਸੀਂ ਸਾਰਾ ਕੁਝ ਕਰਨ ਦੇ باوجود ਵੀ ਫਿਰ ਅਸੀਂ ਪਹਿਲਾਂ ਜਿਹੜੀਆਂ ਇਲੈਕਸ਼ਨ ਹੋਈ ਆ ਉਹ ਆਪ ਅੱਗੇ ਚਲੇਗੀ ਅਸੀਂ ਪਿੱਛੇ ਰਹਿ ਕੇ ਸਭ ਤੋਂ ਹੁਣ ਜਿਹੜੀ ਆ ਜਿਮਨੀ ਚੋਣਾਾਂ ਦੇ ਵਿੱਚ ਵੀ ਇਹਨਾਂ ਪੂਰਾ ਜ਼ੋਰ ਲਾ ਲਿਆ ਬਾਦਲ ਸਾਹਿਬ ਦੀ ਡੈਥ ਤੋਂ ਬਾਅਦ ਪੂਰੇ ਜੋਰਾ-ਚੋਰਾ ਨਾਲ ਲੋਕਾਂ ਦੇ ਘਰਾਂ ਤੱਕ ਡੋਰ ਟੂ ਡੋਰ ਗਏ ਆ ਸਾਡੇ ਹੱਥ ਫਿਰ ਹਾਰ ਆਈ ਔਰ ਇਹਦੇ ਵਿੱਚ ਇਹ ਕਹਿੰਦੇ ਕਿ ਸਾਨੂੰ ਪੂਰੀ ਤਰ੍ਹਾਂ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਵੇਖਣਾ ਚਾਹੀਦਾ ਕਿ ਇਹਦੇ ਵਿੱਚ ਕੀ ਕਮੀਆਂ ਰਹਿ ਗਈਆਂ ਕੀ ਊਣਤਾਈਆਂ ਹੈਗੀਆਂ ਇੱਥੇ ਕੀ ਡੀਮੈਰਿਟਸ ਹੈਗੇ ਆ ਅਸੀਂ ਉਹਨਾਂ ਤੇ ਥੋੜਾ ਜਿਹਾ ਕੋ-ਕੋ ਵਿਚਾਰ ਕਰਨੀ ਚਾਹੀਦੀ ਆ ਔਰ ਉਹ ਇਸ ਕਰਕੇ ਇਹਨਾਂ ਨੇ ਕਿਹਾਗਾ ਕਿ ਜਦੋਂ ਵੀ ਵੋਟ ਆਉਂਦੀ ਆ ਜਦੋਂ ਵੀ ਇਲੈਕਸ਼ਨ ਆਉਂਦੀ ਆ ਉਹ ਤਾਂ ਕਹਿੰਦੇ ਨੇ ਕਿ ਇਹਨਾਂ ਦੇ ਆਗੂ ਬਦਲੇ ਜਾ ਰਹੇ ਆ ਔਰ ਐਮਐਲਏ ਜਿਹੜੇ ਆ ਉਥੋਂ ਤੱਕ ਪਹੁੰਚਦੇ ਲੋਕਾਂ ਤੱਕ ਪੰਚਾਇਤਾਂ ਤੱਕ ਪਹੁੰਚਦੇ ਆ ਉਹ ਇੱਕ ਗੱਲ ਉਹਨਾਂ ਨੇ ਇਹ ਕਹੀ ਆ ਕਿ ਅਕਾਲੀ ਦਲ ਦੀ ਵੋਟ ਜਿਹੜੀ ਹੈਗੀ ਪਿੰਡਾਂ ਚ ਜ਼ਰੂਰੀ ਆ ਪਰ ਸਾਨੂੰ ਹੋ ਸਕਦਾ ਕਿ ਅਗਲੀ ਵਾਰ ਜਿਹੜਾ ਬੀਜੇਪੀ ਨਾਲ ਹੱਥ ਨਾਥ ਮਲਾਉਣਾ ਪਵੇ ਕਿਉਂਕਿ ਬੀਜੇਪੀ ਵੀ ਕੱਲੀ ਆ ਔਰ ਇਹਦੇ ਵਿੱਚ ਇਹ ਵੀ ਕੱਲੀ ਆ ਬੀਐਸਪੀ ਨਾਲ ਅਕਾਲੀ ਦਲ ਨੂੰ ਗੱਠਜੋੜ ਬਣਾ ਕੇ ਕੋਈ ਬਤਾ ਫਾਇਦਾ ਨਹੀਂ ਹੋਇਆ ਫਿਰ ਵੀ ਉਹ ਤੀਜੀ ਪਾਰਟੀ ਰਹੀ ਉਹ ਤੇ ਅੱਗੇ ਆ ਨਹੀਂ ਸਕੀ ਜਦ ਤੱਕ ਦੋ ਪਾਰਟੀਆਂ ਲੜੀਆਂ ਇਹਦੇ ਵਿੱਚ ਆਪ ਇਕੱਲੀ ਲੜੀ ਆ ਔਰ ਇਹ ਦੋ ਪਾਰਟੀਆਂ ਲੜੀਆਂ ਦੋ ਪਾਰਟੀਆਂ ਦੇ ਵਿੱਚੋਂ ਇੱਕ ਵੀ ਬੰਦਾ ਅੱਗੇ ਨਹੀਂ ਆ ਸਕਿਆ ਔਰ ਉਹਨਾਂ ਨੇ بڑے ਪੁਆਇੰਟ ਦਿੱਤੇ ਆ ਇਹਨਾਂ ਨੇ ਗੁਰਪ੍ਰਤਾਪ ਬਡਾਲਾ ਨੇ ਕਿ ਇਹ ਚੀਜ਼ਾਂ ਨੂੰ ਜੇ ਅਸੀਂ ਨਹੀਂ ਕੋਖਿਆ ਜੇ ਨਹੀਂ ਪਰਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਨਾਮ ਨਿਸ਼ਾਨ ਬਹੁਤ ਪਿੱਛੇ ਚੱਲ ਜਾਊਗਾ ਇਸ ਕਰਕੇ ਕਿ ਅਸੀਂ ਜਿਹਨੇ ਲੀਡਰ ਨੇ ਉਹਦੇ ਵਿੱਚ ਉਹਨਾਂ ਨੂੰ ਥੋੜਾ ਜਿਆਦਾ ਦੱਸਿਆ ਜਾਵੇ ਕਿਉਂਕਿ ਪਹਿਲਾਂ ਕੋਰ ਕਮੇਟੀ ਬਣੀ ਜਿੱਦਾਂ ਤੁਸੀਂ ਗੱਲ ਕੀਤੀ ਆ ਉੱਚ ਕੋਰ ਕਮੇਟੀ ਦੇ ਵਿੱਚ ਇਹਨਾਂ ਨੇ ਸਾਰਿਆਂ ਦਾ ਮਿਲ ਕੇ ਉਹਨਾਂ ਦੇ ਵਿਚਾਰ ਉਟਾੰਦੇ ਲਏ ਸੀਗੇ ਕਿ ਇਹਦਾ ਪ੍ਰੈਜ਼ੀਡੈਂਟ ਰੱਖਿਆ ਜਾਵੇ ਸੁਖਵੀਰ ਬਾਦਲ ਨੂੰ ਕਿ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਮੰਨ ਲਿਆ ਕਿ ਨਹੀਂ ਸੁਖਵੀਰ ਬਾਦਲ ਜੀ ਰਹਿਣਗੇ ਪ੍ਰੈਜ਼ੀਡੈਂਟ ਦੇ ਤੌਰ ਤੇ ਅਕਾਲੀ ਦਲ ਦੇ ਨੇਤਾ ਰਹਿਣਗੇ ਕਿਉਂਕਿ ਇਹ ਹੀ ਅੱਗੇ ਚਲਾਉਣਗੇ ਇਹਦੇ ਵਿੱਚ ਯੂਥ ਅਕਾਲੀ ਦਲ ਨੇ ਬਹੁਤ ਉਹਨਾਂ ਦੀ ਪੇਰਵਾਹੀ ਕੀਤੀ ਸੀ ਉਹ ਸਾਰਾ ਕੁਝ ਪਾ ਲਾ ਕੇ ਸੁਖਵੀਰ ਬਾਦਲ ਫਿਰ ਬਣੇ ਤਲੇ ਰਹਿ ਗਏ ਉੱਥੇ ਤੇ ਉਹ ਕਰ ਕਰਾ ਕੇ ਜਿਹੜੇ ਜਿਹੜੇ ਬਜ਼ੁਰਗ ਨੇਤਾ ਸੀ ਅਕਾਲੀ ਦਲ ਦੇ ਉਹ ਇਹਨੂੰ ਛੱਡ ਕੇ ਪਾਸੇ ਚਲੇ ਗਏ ਉਹਨਾਂ ਵਿੱਚੋਂ ਕਾਫੀ ਤੇ ਜਿਹੜੇ ਲੋਕ ਨਹੀਂ ਆਏ ਉਹਨਾਂ ਦੇ ਵਿੱਚ ਢੀਂਟਾ ਸਾਹਿਬ ਨੇ ਵੱਖਰਾ ਕਰ ਲਈ ਤੇ ਆਪਣੀ ਕਮੇਟੀ ਔਰ ਉਹਦੇ ਨਾਲ ਵੈਟਰਨ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਇਹ ਦਫਾੜ ਹੋਣ ਨਾਲ ਵੀ ਇਹਨਾਂ ਦੀ ਤਾਕਤ ਕੱਢ ਗਈ ਅਕਾਲੀ ਦਲ ਦੋ ਬਣ ਗਏ ਔਰ ਕਿਸੇ ਵੇਲੇ ਸਿਮਰਨਜੀਤ ਮਾਨ ਵੀ ਇਹਨਾਂ ਦੇ ਨਾਲ ਸੀਗੇ ਹੁਣ ਉਹਨਾਂ ਨੇ ਅਮਰ ਸਾਰਾ ਅਕਾਲੀ ਦਲ ਬਣਾ ਲਿਆ ਔਰ ਇਹਦੇ ਕਿੰਨੇ ਅਕਾਲੀ ਦਲ ਬਣ ਗਏ ਇਹ ਹੈਗਾ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਚੋਂ ਗਿਆ ਔਰ ਹੁਣ ਕਰਦੇ ਕਰਦੇ ਕਿੱਥੋਂ ਤੱਕ ਉਹ ਭਾਜਪਾ ਚ ਜਾ ਵੜਿਆ ਇਹ ਚੀਜ਼ਾਂ ਜਿਹੜੀਆਂ ਖਿੰਡ ਪੁੰਡ ਗਈਆਂ ਔਰ ਕਿਨੂੰ ਫਾਇਦਾ ਹੋ ਰਿਹਾ ਆਪ ਨੂੰ ਆਪ ਯੂਨਾਈਟ ਹੋ ਗਈ ਕੁੱਕ ਪਾਰਟੀ ਹੈ ਗਈ ਨੈਸ਼ਨਲ ਪਾਰਟੀ ਬਣ ਗਈ ਤੇ ਬਾਕੀ ਪਾਰਟੀਆਂ ਤੋਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਲੋਕਾਂ ਦਾ ਮਨ ਉਹ ਚਾਟ ਹੋ ਗਿਆ ਸੋ ਇਹ ਤਾਂ ਹੈ ਅਕਾਲੀ ਦਲ ਦੀ ਗੱਲ ਬਲਕਾ ਜੀ ਕਿਉਂਕਿ ਮੰਥਨ ਦੀ ਲੋੜ ਹੈ ਹਰ ਪਾਰਟੀ ਨੂੰ ਮੰਥਨ ਦੀ ਲੋੜ ਹੈ ਕਿਉਂਕਿ ਵੋਟਰ ਦਾ ਮਨ ਕਿਸੇ ਨੂੰ ਨਹੀਂ ਪਤਾ ਕਿਸੇ ਨੇ ਨਹੀਂ ਪੜ੍ਹ ਕੇ ਦੇਖਿਆ ਵੋਟਰ ਕੀ ਕਹਿੰਦਾ ਕਿੱਧਰ ਨੂੰ ਜਾਂਦਾ ਐਗਜ਼ਿਟ ਪੋਲ ਠੀਕ ਹੈ ਕਈ ਵਾਰ ਸੈੱਟ ਬਹਿੰਦੀ ਕਈ ਵਾਰ ਸੈੱਟ ਨਹੀਂ ਬਹਿੰਦੀ ਸੋ ਇਸ ਦੇ ਨਾਲ ਹੀ ਇੱਕ ਦੁੱਖ ਦੀ ਖਬਰ ਵੀ ਸਾਨੂੰ ਮਿਲ ਰਹੀ ਹੈ ਇਸ ਵੇਲੇ ਕਿ ਜੋ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਦੇ ਫਾਰਮਰ ਮੇਅਰ सुरेंद्र ਮਹਿਜ ਜੀ ਜੀ ਉਸ ਸਵਰਗਵਾਸ ਹੋ ਗਏ ਨੇ ਹੂੰ ਔਰ ਐਸੇ ਵੇਲੇ ਖਬਰ ਆਈ ਹੈ ਔਰ ਜਲੰਧਰ ਵਾਸਤੇ ਬਹੁਤ ਕੰਮ ਕੀਤਾ ਉਹਨਾਂ ਨੇ ਔਰ ਲੋਕ ਉਹਨਾਂ ਦੇ ਨਾਮ ਨੂੰ ਜਾਣਦੇ ਨੇ ਉਹਨਾਂ ਦੇ ਕੰਮ ਨੂੰ ਵੀ ਜਾਣਦੇ ਨੇ ਇਹ ਬੜੀ ਅਚਾਨਕ ਜਿਹੜੀ ਉਹਨਾਂ ਦੀ ਡੈਥ ਹੋਈ ਆ ਬੇਵਕਤੀ ਮੌਤ ਹੋਈ ਆ ਇਹਦੇ ਤੇ ਸਾਡੇ ਦਰਸ਼ਕਾਂ ਨੂੰ ਸੁਣ ਕੇ ਵੈਸੇ ਵੀ ਬੜਾ ਦੁੱਖ ਹੋਇਆ ਹੋਊਗਾ ਔਰ ਉਹਨਾਂ ਨੇ ਜਲੰਧਰ ਲਈ ਨਹੀਂ ਬਾਕੀ ਸਾਰੇ ਨਾਲ ਦੇ ਇਲਾਕਿਆਂ ਲਈ ਪਿੰਡਾਂ ਲਈ ਬੜਾ ਕੰਮ ਕੀਤਾ ਸੀਗਾ ਔਰ ਜਦੋਂ ਮਿਸਪਲ ਕਾਰਪੋਰੇਸ਼ਨ ਦੇ ਮੇਅਰ ਰਹੇ ਨੇ ਔਰ ਆਏ ਬੰਦੇ ਦੀ ਹਰ ਲੋੜਵੰਦ ਬੰਦੇ ਦੀ ਉਹਨਾਂ ਨੇ ਸਹਾਇਤਾ ਕੀਤੀ ਹੈ ਅੱਜ ਮੇਰਾ ਖਿਆਲ ਹੈ ਕਿ ਸਾਰੇ ਜਲੰਧਰ ਦੇ ਵਿੱਚ ਸ਼ਫਾ ਬਿਸ ਜਣ ਗਏ ਇਸ ਕਰਕੇ ਕਿ ਉਹਨਾਂ ਨੂੰ ਬਹੁਤ ਲੋਕ ਪਿਆਰ ਕਰਦੇ ਸੀਗੇ ਉਹਨਾਂ ਨੇ ਖੁਦ ਆਪਣੇ ਕੋਲ ਵੀ ਪੈਸਾ ਖਰਚ ਕੇ ਲੋਕਾਂ ਦੇ ਕੰਮ ਕੀਤੇ ਆ ਜਿੱਥੇ ਬਸਤੀਆਂ ਚ ਲੋਕ ਰਹਿੰਦੇ ਆ ਜਿਨ੍ਹਾਂ ਕੋਈ ਛੱਤ ਨਹੀਂ ਗਈ ਜਿਨ੍ਹਾਂ ਕੋ ਜਿਸ ਪਾਸੇ ਗਲੀਆਂ ਨਹੀਂ ਨਾਲੀਆਂ ਨਹੀਂ ਗਈਆਂ ਉੱਥੇ ਉਹਨਾਂ ਨੇ ਸਾਰਾ ਕੁਝ ਕੀਤਾ ਜਿੱਥੇ ਵੀ ਜਾਂਦੇ ਸੀਗੇ ਇੱਕ ਵਾਰੀ ਆਪ ਸਰਵੇ ਕਰਦੇ ਸੀਗੇ ਉਹਦ ਬਾਅਦ ਕਹਿੰਦੇ ਲਓ ਜੀ ਫੰਡਿੰਗ ਜਾਰੀ ਹੋ ਗਈ ਹੈ ਇਹਦੇ ਵਿੱਚ ਆ ਮੈਜਰਮੈਂਟ ਇਹਨਾਂ ਹੈਗਾ ਜਿੰਨੂੰ ਅਸੀਂ ਦੇ ਦੇ ਦਿੰਦੇ ਆ ਇੰਨੇ ਦਿਨਾਂ ਦੇ ਵਿੱਚ ਸਾਰਾ ਕੁਝ ਅਖਬਾਰਾਂ ਚ ਉਸੇ ਵੇਲੇ ਆ ਜਾਂਦਾ ਸੀਗਾ ਔਰ ਇਹਨਾਂ ਨੇ ਕੰਮ ਕੀਤਾ ਵਿਵਾਰਕ ਤੌਰ ਤੇ ਐਲਾਨ ਨਹੀਂ ਕੀਤੇ ਕੰਮ ਕੀਤਾ ਇਹਨਾਂ ਦਾ ਕੰਮ ਹੀ ਬੋਲਦਾ ਸੀਗਾ ਪਰ ਦੇਖ ਲਓ ਜਿਹੜੇ ਬੰਦੇ ਲੋਕਾਂ ਦੀ ਇੰਨੀ ਹਮਾਇਤ ਕਰਦੇ ਲੋਕਾਂ ਦੀ ਹੈਲਪ ਕਰਦੇ ਆ ਉਹਨਾਂ ਦੇ ਅੱਗੇ ਵੀ ਲੋਡ ਹੁੰਦੀ ਔਰ ਇਹਨਾਂ ਦੀ ਉਮਰ ਕੁਝ ਜ਼ਿਆਦਾ ਨਹੀਂ ਸੀਗੀ ਔਰ ਕੁਝ ਜ਼ਿਆਦਾ ਇਹਨਾਂ ਨੂੰ ਕ੍ਰੋਨਿਕ ਡਿਜ਼ੀਜ਼ ਵੀ ਨਹੀਂ ਸੀ ਕੋਈ ਜ਼ਿਆਦਾ ਬਿਮਾਰ ਵੀ ਨਹੀਂ ਰਹੇ ਔਰ ਤੰਦਰੁਸਤੀ ਰਏ ਔਰ ਜਿੱਥੇ ਵੀ ਜਾਂਦੇ ਸੀ ਜਿੱਥੇ ਇਹਨਾਂ ਨੂੰ ਲੋਕ ਬਣਾਉਂਦੇ ਸੀ ਦੁਖੀ ਲੋਕ ਜਾਂ ਜਿੱਥੇ ਸੁਖੀ ਲੋਕ ਜਾਂ ਜਿੱਥੇ ਕੋਈ ਵਿਆਹ ਸ਼ਾਦੀ ਬਕਾਇਦਾ ਤੌਰ ਤੇ ਕਮਾੜਾ ਜਾਂ ਇਹਨਾਂ ਨੂੰ ਫੋਨ ਜਾਂਦਾ ਸੀ ਚਲੇ ਜਾਂਦੇ ਸੀ ਇਹਨੇ ਮਲਾਪੜੇ ਸੀਗੇ ਔਰ ਇਹਨਾਂ ਦਾ ਨਾਂ ਸਾਡੇ ਦਰਸ਼ਕ ਸਾਰੇ ਜਾਣਦੇ ਨੇ ਕਿਉਂਕਿ ਇਹਨਾਂ ਨੇ ਨਾਂ ਇਸ ਤਰ੍ਹਾਂ ਬਣਾਇਆ ਸੀਗਾ ਕਿ ਲੋਕਾਂ ਦੇ ਕੰਮ ਕਰਕੇ ਇਹਨਾਂ ਨੇ ਲੀਡਰਸ਼ਿਪ ਕਰਕੇ ਨਹੀਂ ਨਾਂ ਬਣਾਇਆ ਤੇ ਨਾਂ ਇਹਨਾਂ ਦੇ ਨਾਲ ਇਹ ਕੋਈ ਪਾਰਟੀ ਦਾ ਨਾਂ ਜੁੜਦਾ ਸੀਗਾ ਇਹਨਾਂ ਦਾ ਨਾਂ ਸ੍ਰਿੰਦਰ ਮਾਹੀ ਲੋਕ ਜਪਦੇ ਸੀਗੇ ਔਰ ਬਕਾਇਦਾ ਸਾਡੇ ਚਾਨਮ ਲਾਲ ਨੂੰ ਵੀ ਇਹਨਾਂ ਦੇ ਸ਼ੋਕ ਵਿੱਚ ਅਸੀਂ ਸਾਰੇ ਸਾਂਝੇ ਆਂ ਔਰ ਜੋ ਅਫਸੋਸ ਲੋਕਾਂ ਨੂੰ ਜ਼ਾਰ ਹੋਇਆ ਉਹ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਔਰ ਬੇਵਕਤੀ ਮੌਤ ਤੇ ਸਾਡੇ ਸਾਰੇ ਦਰਸ਼ਕ ਇਹਦਾ ਦੁੱਖ ਪ੍ਰਗਟਾਉਣਗੇ ਔਰ ਮੇਰਾ ਖਿਆਲ ਹੈ ਕਿ ਅਜਿਹੇ ਜਿਹੜੀਆਂ ਪਰਸਨੈਲਿਟੀ ਆ ਉਹਨਾਂ ਦਾ ਬੇਵਕਤੀ ਮੌਤ ਨਾਲ ਇਸ ਤਰ੍ਹਾਂ ਚਲੇ ਜਾਣਾ ਬਹੁਤ ਵੱਡਾ ਦੁੱਖ ਹੁੰਦਾ ਸਾਰੇ ਲਈ ਬਿਲਕੁਲ ਦੁੱਖ ਹੁੰਦਾ ਕਿਉਂਕਿ ਹਮੇਸ਼ਾ ਲੋਕ ਇਹੀ ਚਾਹੁੰਦੇ ਨੇ ਕਿ ਵਧੀਆ ਲੀਡਰ ਇੱਕ ਵਧੀਆ ਆਗੂ ਸਾਨੂੰ ਮਿਲੇ ਇੱਕ ਵਧੀਆ ਕੰਮ ਕਰਨ ਵਾਲਾ ਸਾਨੂੰ ਮਿਲੇ ਜੀ ਤੋ ਅਸੀਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਸ਼ਿਰਕਤ ਕਰਦੇ ਹਾਂ ਇਸ ਦੁਖ ਭੜੀ ਘੜੀ ਦੇ ਵਿੱਚ ਤੇ ਪਰਮਾਤਮਾ ਉਹਨਾਂ ਨੂੰ ਤਾਕਤ ਬਖਸ਼ੇ ਜਿ세 ਹੀ ਅਰਜ਼ ਕਰ ਸਕਦੇ ਹਹੀ ਅਰਦਾਸ ਕਰ ਸਕਦੇ ਆ ਜੀ ਜੀ ਬਲਕਾਜ਼ੀ ਦੇ ਨਾਲ ਆਪਣੇ ਸਾਰੇ ਮੁੱਦੇ ਆਪਾਂ ਹਾਂ ਬਿਲਕੁਲ ਕੀਤੇ ਡਿਸਕਸ ਹੋ ਗਏ ਸਾਰੇ ਤਕਰੀਬਨ ਹਾਂ ਜੀ ਤਕਰੀਬਨ ਸਾਰੇ ਡਿਸਕਸ ਹੋ ਗਏ ਨੇ ਜੀ ਤੇ ਫਿਰ ਨਵੇਂ ਮੁੱਦਿਆਂ ਨਾਲ ਮੁੜ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਤੁਹਾਡੇ ਕੋਲ ਤੁਹਾਡੇ ਸਾਹਮਣੇ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਚਲਿਏ ਬਲਕਾ ਜੀ ਜੀ ਜ਼ਰੂਰ That's not the God.